ਵਾਹਿਗੁਰੂ 337 ਅੰਗ 60 ਸ਼ਬਦਾਂ ਤੱਕ ਪਾਠ ਸੰਗਤਾਂ ਸਰਵਣ ਕਰ ਚੁੱਕੀਆਂ ਨੇ। ਅਗਲਾ ਸ਼ਬਦ ਗੌੜੀ ਰਾਮ ਜਪੋ ਜੀ ਐਸੇ ਐਸੇ, ਸੋ ਇਸ ਦੀ ਆਰੰਭਤਾ ਹੋ ਰਹੀ ਹੈ। ਸਾਰੀਆਂ ਸੰਗਤਾਂ ਸਾਵਧਾਨ ਹੋਣ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜ੍ਹਾਇਆ ਬੇੜੇ ਰਖਾਉ, ਜਾ ਤਿਸ ਭਾਵੈ ਤਾ ਹੁਕਮ ਮਨਾਵੈ, ਇਸ ਬੇੜੇ ਕਉ ਪਾਰ ਲਗਾਵੈ, ਗੁਰ ਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਨ ਜਾਨੀ, ਕਹੋ ਕਬੀਰ ਭਜ ਸਾਰਿਗ ਪਾਨੀ, ਉਰਵਾਰ ਪਾਰ ਸਭ ਏਕੋ ਦਾਨੀ। ਗੌੜੀ ਨਾਵੀ ਆਰੰਭ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਗੌੜੀ ਰਾਗ ਦੀਆਂ ਅਨੇਕਾਂ ਜਾਤੀਆਂ ਭਾਵ ਅਨੇਕਾਂ ਕਿਸਮਾਂ ਹਨ। ਗੌੜੀ ਚੇਤੀ, ਗੌੜੀ ਗੁਆਰੇਰੀ ਇਤਿਆਦਿਕ 9 ਜਾਤੀਆਂ ਪ੍ਰਤੱਖ ਰੂਪ ਵਿੱਚ ਆਉਂਦੀਆਂ ਹਨ। ਕੁੱਲ 13 ਪ੍ਰਕਾਰ ਦੀ ਗੌੜੀ ਸਤਿਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇਹ ਗੌੜੀ ਦੀ ਇੱਕ ਜਾਤੀ ਹੈ, ਗੁਪਤ ਰੂਪ ਦੇ ਵਿੱਚ ਹੈ ਇਸ ਦਾ ਵਰਣਨ। ਇਸ ਕਰਕੇ ਗੌੜੀ ਨਾਮ ਹੀ ਇਸ ਦਾ ਉਚਾਰਨ ਕਰਨਾ ਹੈ। ਅਜੋਕੇ ਕਈ ਵਿਦਵਾਨ ਇਹ ਖਿਆਲ ਕਰਦੇ ਨੇ ਕਿ ਇਹ 9 ਅੰਕ ਘਰ ਦਾ ਸੂਚਕ ਹੈ ਅਤੇ ਇਸ ਹਿਸਾਬ ਨਾਲ ਉਹ ਨਾਵਾਂ ਪੜ੍ਹਦੇ ਨੇ। ਅੱਗੇ 11-12 ਵੀ ਆਵੇਗਾ, 13 ਵੀ ਆਵੇਗਾ, ਉਹਨੂੰ 11-12-13 ਇਉਂ ਪੜ੍ਹ ਜਾਂਦੇ ਨੇ। ਪਰ ਨਹੀਂ, ਇਹ ਘਰ ਦਾ ਵਾਚਕ ਨਹੀਂ, ਇਹ ਗੌੜੀ ਦੀ ਇੱਕ ਜਾਤੀ ਦਾ ਸੂਚਕ ਹੈ। ਇਸ ਲਈ 9ਵੀਂ 11ਵੀਂ 12ਵੀਂ 13ਵੀਂ ਇਉਂ ਪਾਠ ਆਵੇਗਾ, ਗੌੜੀ ਨਾਮੀ। ਹਾਂਜੀ। ਜੋ ਨ ਛਾੜ ਜੋ ਜਗ ਮਹਿ ਆਇਓ, ਲਾਗਤ ਪਵਨ ਖਸਮ ਬਿਸਰਾਇਓ, ਜੀਆਰਾ ਹਰ ਕੇ ਗੁਣਾ ਗਾਓ ਰਹਾਓ, ਗਰਭ ਜੋਨ ਮਹਿ ਉਰਧ ਤਪ ਕਰਤਾ, ਤਉ ਜਠਰ ਅਗਨ ਮਹਿ ਰਹਿਤਾ, ਲਖ 84 ਹਜੋਨ ਭ੍ਰਮ ਆਇਓ, ਅਬ ਕੇ ਛੁਟਕੇ ਠੌਰ ਨ ਠਾਇਓ, ਕਹੋ ਕਬੀਰ ਭਜ ਸਾਰਿਗ ਪਾਨੀ, ਆਵਤ ਦੀਸੈ ਜਾਤ ਨਾ ਜਾਨੀ, ਗੌੜੀ ਪੂਰਬੀ ਸੁਰਗ ਬਾਸ ਨਾ ਬਾਛੀਐ, ਡਰੀਐ ਨਾ ਨਰਕ ਨਿਵਾਸ, ਡਰੀਐ ਨਾ ਨਰਕ ਨਿਵਾਸ, ਹੋ ਨਾ ਹੈ ਸੋ ਹੋਈ ਹੈ, ਮਨ ਹੈ ਨਾ ਕੀਜੈ ਆਸ, ਰਮਈਆ ਗੁਣ ਗਾਈਐ, ਜਾ ਤੇ ਪਾਈਐ ਪਰਮ ਨਿਧਾਨ ਰਖਾਉ, ਕਿਆ ਜਪ ਕਿਆ ਤਪ ਸੰਜਮੋ, ਕਿਆ ਵਰਤ ਕਿਆ ਇਸਨਾਨ, ਜਬ ਲਗ ਜੁਗਤ ਨਾ ਜਾਨੀਐ, ਭਾਉ ਭਗਤ ਭਗਵਾਨ, ਸੰਪੈ ਦੇਖ ਨਾ ਹਰਖੀਐ, ਬਿਪਤ ਦੇਖ ਨਾ ਰੋਏ, ਜਿਉ ਸੰਪੈ ਤਿਉ ਬਿਪਤ ਹੈ, ਬਿਦ ਨੇ ਰਚਿਆ ਸੋ ਹੋਏ, ਕਹਿ ਕਬੀਰ ਅਬ ਜਾਨਿਆ, ਸੰਤਨ ਹਿਰਦੈ ਮਝਾਰ, ਸੇਵਕ ਸੋ ਸੇਵਾ ਭਲੇ, ਜਿਹ ਘਟ ਬਸੈ ਮੁਰਾਰ,
ਗਾਉੜੀ ਰੇ ਮਨ ਤੇਰੋ ਕੋਏ ਨਹੀਂ, ਖਿੰਚ ਲਏ ਜਿਨ ਭਾਰ, ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਖਿੰਚ ਲਏ ਜਿਨ ਭਾਰ, ਇਸ ਦੇ ਵਿੱਚ ਜਮਕ ਦੀ ਜ਼ਰੂਰਤ ਨਹੀਂ। ਜਿਨ ਦਾ ਅਰਥ ਹੈ ਮਤ, ਨਹੀਂ। ਖਿੰਚ ਲਏ ਜਿਨ ਭਾਰ, ਐਵੇਂ ਬੋਝ ਨਾ ਚੁੱਕੀ ਫਿਰ ਦੁਨੀਆਂ ਦੇ ਜੰਜਾਲਾਂ ਦਾ। ਰਾਮ ਰਸ ਪੀਆ ਰੇ ਜਿਹ ਰਸ, ਬਿਸਰ ਗਏ ਰਸ ਔਰ ਰਹਾਉ, ਔਰ ਮੋਏ ਕਿਆ ਰੋਈਐ, ਜੋ ਆਪਾ ਥਿਰ ਨਾ ਰਖਾਏ, ਜੋ ਉਪਜੈ ਸੋ ਬਿਨ ਸਖੈ, ਦੁਖ ਕਰ ਰੋਵੈ ਬਲਾਏ, ਜਹ ਕੀ ਉਪਜੀ ਤਹ ਰਚੀ, ਪੀਵਤ ਮਰਦਨ ਲਾਗ, ਕਹਿ ਕਬੀਰ ਚਿਤ ਚੇਤਿਆ, ਰਾਮ ਸਿਮਰ ਬੈ ਰਾਗ। ਰਾਗ ਗਾਉੜੀ ਪੰਥ ਨਿਖਾਰੈ ਕਾਮਨੀ, ਲੋਚਨ ਭਰੀ ਲੇ ਉਸਾਸਾ, ਉਰ ਨਾ ਭੀਜੈ ਪਗ ਨਾ ਖਿਸੈ, ਹਰ ਦਰਸ਼ਨ ਕੀ ਆਸਾ, ਉਡਹੋ ਨਾ ਕਾਗਾ ਕਾਰੇ, ਬੇਗ ਮਿਲੀਜੈ ਆਪਣੇ ਰਾਮ ਪਿਆਰੇ ਰਹਾਉ। ਕਹਿ ਕਬੀਰ ਜੀਵਨ ਪਦ ਕਾਰਨ, ਹਰ ਕੀ ਭਗਤ ਕਰੀਜੈ, ਏਕ ਆਧਾਰ ਨਾਮ ਨਾਰਾਇਣ, ਰਸਨਾ ਰਾਮ ਰਵੀਜੈ। ਰਾਗ ਗੌੜੀ ਗਿਆਰਵੀਂ ਆਸ ਪਾਸ ਘਨ ਤੁਰਸੀ ਕਾ ਬਿਰਵਾ, ਮਾਝ ਬਨਾਰਸ ਗਾਊ ਰੇ, ਓਆ ਕਾ ਸਰੂਪ ਦੇਖ ਮੋਹੀ ਗੁਆਰਨ, ਮੋਹ ਕਉ ਛੋੜ ਨਾ ਆਓ ਨਾ ਜਾਹੂ ਰੇ। ਗਾਉਂ ਰੇ, ਗਾਉਂ ਮਾਝ ਬਨਾਰਸ ਗਾਉਂ ਰੇ, ਬਿੰਦੀ ਸਹਿਤ। ਆਸ ਪਾਸ ਘਨ ਤੁਰਸੀ ਕਾ ਬਿਰਵਾ, ਮਾਝ ਬਨਾਰਸ ਗਾਉਂ ਰੇ, ਓਆ ਕਾ ਸਰੂਪ ਦੇਖ ਮੋਹੀ ਗੁਆਰਨ, ਮੋਹ ਕਉ ਛੋੜ ਨਾ ਆਓ ਨਾ ਜਾਹੂ ਰੇ। ਤੋਹੇ ਚਰਨ ਮਨ ਲਾਗੋ ਸਾਰਿੰਗ ਧਾਰ, ਸੋ ਮਿਲੈ ਜੋ ਬਡ ਭਾਗੋ ਰਖਾਉ। ਬਿੰਦਰਾ ਬਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਉ ਰੇ, ਜਾ ਕਾ ਠਾਕੁਰ ਤੁਹੀ ਸਾਰਿੰਗ ਧਾਰ, ਮੋਹੇ ਕਬੀਰਾ ਨਾਉ ਰੇ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੈਸਾ ਮਹਾਨ ਆਨੰਦ ਅਤੇ ਕੈਸੀ ਸੁੰਦਰ ਵਿਚਾਰ ਸ਼ਬਦਾਂ ਵਿੱਚ ਰੱਖੀ ਹੈ। ਦੇਖੋ, ਪਹਿਲੀ ਪੰਗਤੀ ਹੈ, ਆਸ ਪਾਸ ਘਨ ਤੁਰਸੀ ਕਾ ਬਿਰਵਾ, ਮਾਝ ਬਨਾਰਸ ਗਾਉਂ ਰੇ। ਗਾਉਂ ਦੁਲੈਂਕੜ ਹੈ ਅਤੇ ਨਾਲ ਬਿੰਦੀ ਹੈ। ਇਸ ਦਾ ਭਾਵ ਹੈ ਗਾਉਂ। ਆਪਾਂ ਗਾਮ ਜਾਂ ਗਾਉਂ ਪਿੰਡ ਵਾਸਤੇ ਹਿੰਦੀ ਵਿੱਚ ਅੱਖਰ ਵਰਤਦੇ ਹਾਂ ਨਾ, ਫਲਾਣਾ ਗਾਮ ਜਾਂ ਫਲਾਣਾ ਗਾਉਂ। ਹੁਣ ਅੱਗੇ ਪੰਗਤੀ ਆਈ ਕਿ ਬਿੰਦਰਾ ਬਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਊ ਰੇ। ਇੱਥੇ ਗਾਊ ਤੋਂ ਭਾਵ ਹੈ ਗਊਆਂ, ਗਾਈਆਂ। ਸੋ ਸਤਿਗੁਰੂ ਮਹਾਰਾਜ ਜੀ ਨੇ ਇਉਂ ਇੱਥੇ ਇਹ ਲਗ ਮਾਤਰ ਦਾ ਬਿੰਦੀ ਦਾ ਭੇਦ ਇਸ ਵਾਸਤੇ ਰੱਖਿਆ ਹੈ ਕਿ ਇਹ ਦੋਨੋਂ ਗਾਊ ਇੱਕੋ ਜਿਹੇ ਅਰਥ ਨਹੀਂ ਰੱਖਦੇ, ਬਲਕਿ ਵੱਖਰੇ ਵੱਖਰੇ ਹਨ। ਹਾਂਜੀ। ਗਾਉੜੀ ਪੂਰਬੀ ਬਾਰਵੀਂ ਬਿਪਲ ਬਸਤ੍ਰ ਕੇਤੇ ਹੈ ਪਹਿਰੇ, ਕਿਆ ਬਨ ਮੱਧੇ ਬਾਸਾ, ਕਹਾ ਭਇਆ ਨਰ ਦੇਵਾ ਧੋਖੇ, ਕਿਆ ਜਲ ਬੋਰਿਓ ਗਿਆਤਾ, ਜੀਅਰੇ ਜਾਹੇਗਾ ਮੈਂ ਜਾਣਾ, ਅਬਗਤ ਸਮਝ ਇਆਨਾ, ਜਾਤ ਜਾਤ ਦੇਖੋ ਬਹੁਰ ਨਾ ਪੇਖੋ, ਸੰਗ ਮਾਇਆ ਲਪਟਾਨਾ ਰਖਾਓ।
ਗਿਆਨੀ ਧਿਆਨੀ ਬਹੁ ਉਪਦੇਸੀ, ਇਹੋ ਜਗ ਸਗਲੋ ਧੰਦਾ। ਕਹਿ ਕਬੀਰ ਇੱਕ ਰਾਮ ਨਾਮ ਬਿਨ, ਇਆ ਜਗ ਮਾਇਆ ਅੰਧਾ। ਗੌੜੀ ਬਾਰਵੀਂ, ਮਾਨ ਰੇ ਛੱਡ ਹੋ ਭਰਮ, ਪ੍ਰਗਟ ਹੋਏ ਨਾਚ ਹੋ, ਇਆ ਮਾਇਆ ਕੇ ਡਾਂਡੇ। ਸੂਰ ਕੇ ਸਨਮੁਖ ਰਨ ਤੇ ਡਰਪੈ, ਸਤੀ ਕੇ ਸਾਂਚੈ ਭਾਂਡੇ। ਇਉਂ ਕੇ ਅੱਖਰ ਤੇ ਜਮਕਾਂ ਦੇ ਕੇ, ਸੂਰ ਕੇ ਸਨਮੁਖ ਰਨ ਤੇ ਡਰਪੈ, ਸਤੀ ਕੇ ਸਾਂਚੈ ਭਾਂਡੇ। ਡਗਮਗ ਛਾੜ ਰੇ ਮਨ ਬੌਰਾ, ਆਬ ਤਉ ਜਰੇ ਮਰੇ ਸਿੱਧ ਪਾਈਐ, ਲੀਨੋ ਹਾਥ ਸੰਧੌਰਾ। ਰਹਾਉ ਕਾਮ ਕ੍ਰੋਧ ਮਾਇਆ ਕੇ ਲੀਨੇ, ਇਆ ਬਿਧ ਜਗਤ ਬੇਗੂਤਾ। ਕਹਿ ਕਬੀਰ ਰਾਜਾ ਰਾਮ ਨਾ ਛੋਡਉ, ਸਗਲ ਊਚ ਤੇ ਊਚਾ। ਗੌੜੀ ਤੇਰਵੀਂ, ਫੁਰਮਾਨ ਤੇਰਾ ਸਿਰੈ ਉਪਰ, ਫਿਰ ਨਾ ਕਰਤ ਵਿਚਾਰ। ਤੁਹੀ ਦਰੀਆ ਤੁਹੀ ਕਰੀਆ, ਤੁਝੈ ਤੇ ਨਿਸਤਾਰ। ਬੰਦੇ ਬੰਦਗੀ ਇਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਇੱਕ ਤਿਆਰ ਪਾਠ ਇਕੱਠਾ ਕਰਨਾ, ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪਾਉਣਾ। ਸਾਹਿਬ ਰੋਸ ਧਰੋ ਕੇ ਪਿਆਰ। ਰਹਾਉ ਨਾਮ ਤੇਰਾ ਆਧਾਰ ਮੇਰਾ, ਜਿਉ ਫੂਲ ਜਈ ਹੈ ਨਾਰ। ਜਈ ਹੈ ਜਈ ਪੋਲਾ ਕਰਨਾ, ਜਈ ਨਹੀਂ ਕਰਨਾ, ਜਿਉ ਫੂਲ ਜਈ ਹੈ ਨਾਰ। ਕਹਿ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੈ ਮਾਰ। ਗੌੜੀ ਲੱਖ ਚੌਰਾਸੀ ਜੀ ਜੋਨ ਮਹਿ, ਭ੍ਰਮਤ ਨੰਦ ਬਹੁ ਥਾਕੋਰੇ। ਭਗਤ ਹੇਤ ਅਵਤਾਰ ਲਿਓ ਹੈ, ਭਾਗ ਵੱਡੋ ਬਪਰਾ ਕੋ ਰੇ। ਤੁਮ ਜੋ ਕਹਿਤ ਹਉ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋ ਰੇ। ਕਹਿਤ ਹਉ ਸੰਬੰਧਕ ਪਾਠ ਹਨ ਆਪਸ ਵਿੱਚ, ਇਉਂ ਨਹੀਂ ਕਹਿਣਾ ਕਿ ਤੁਮ ਜੋ ਕਹਿਤ ਹਉ ਨੰਦ ਕੋ ਨੰਦਨ, ਇਉਂ ਨਹੀਂ ਆਵੇਗਾ। ਤੁਮ ਜੋ ਕਹਿਤ ਹਉ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋ ਰੇ। ਧਰਨ ਅਕਾਸ ਦਸੋ ਦਿਸ ਨਾਹੀ, ਤਬ ਇਹੋ ਨੰਦ ਕਹਾ ਥੋ ਰੇ। ਰਹਾਉ ਸੰਕਟ ਨਹੀਂ ਪਰੈ, ਜੋਨ ਨਹੀਂ ਆਵੈ, ਨਾਮ ਨਿਰੰਜਨ ਜਾ ਕੋ ਰੇ। ਕਬੀਰ ਕੋ ਸੁਆਮੀ ਐਸੋ ਠਾਕੁਰ, ਜਾ ਕੈ ਮਾਈ ਨਾ ਬਾਪੋ ਰੇ। ਗੌੜੀ ਨਿੰਦੋ ਨਿੰਦੋ ਮੋਹ ਕਉ ਲੋਗ ਨਿੰਦੋ, ਨਿੰਦਾ ਜਨ ਕਉ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਰਹਾਉ ਨਿੰਦਾ ਹੋਏ ਤਾ ਬੈਕੁੰਠ ਜਾਈਐ, ਨਾਮ ਪਦਾਰਥ ਮਨਹਿ ਬਸਾਈਐ। ਹਿਰਦੈ ਸੁਧ ਜਉ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਧੋਏ। ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਨਿੰਦਕ ਸੋ ਜੋ ਨਿੰਦਾ ਹੋਰੈ, ਹਮਰਾ ਜੀਵਨ ਨਿੰਦਕ ਲੋਰੈ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ। ਜਾਨ ਕਬੀਰ ਕਉ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਰਾਜਾ ਰਾਮ ਤੂੰ ਐਸਾ ਨਿਰਭਉ, ਤਰਨ ਤਾਰਨ ਰਾਮ ਰਾਇਆ। ਰਹਾਉ ਜਬ ਹਮ ਹੋਤੇ ਤਬ ਤੁਮ ਨਾਹੀ, ਅਬ ਤੁਮ ਹਹੋ ਹਮ ਨਾਹੀ।
ਅਬ ਹਮ ਤੁਮ ਏਕ ਭਏ ਹੈ, ਏਕੈ ਦੇਖਤ ਮਨ ਪਤੀਆ ਹੀ। ਜਬ ਬੁੱਧ ਹੋਤੀ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਆਪ ਹਮ ਤੁਮ ਏਕ ਭਏ ਹੈ, ਇਉਂ ਨਹੀਂ ਕਰਨਾ ਕਿ ਅਬ ਹਮ ਤੁਮ ਏਕ ਭਏ ਹੈ ਏਕ ਹੈ, ਇਉਂ ਨਹੀਂ ਹੈ। ਹੈ ਤੇ ਵਿਸਰਾਮ ਹੈ। ਆਪ ਹਮ ਤੁਮ ਏਕ ਭਏ ਹੈ, ਏਕੈ ਦੇਖਤ ਮਨ ਪਤੀਆ ਹੀ। ਗੌੜੀ ਖਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ। ਕੁੰਜੀ ਕੁਲਫ ਪ੍ਰਾਨ ਕਰ ਰਾਖੇ, ਕਰਤੇ ਬਾਰ ਨਾ ਲਾਈ। ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ। ਚੋਰ ਮੁਸੈ ਘਰ ਜਾਈ ਰਖਾਓ, ਪੰਜ ਪਹਿਰੂਆ ਦਰ ਮਹਿ ਰਹਤੇ, ਤਿਨ ਕਾ ਨਹੀਂ ਪਤੀਆਰਾ। ਚੇਤ ਸੁਚੇਤ ਚਿਤ ਹੋਏ ਰਹੋ, ਤਉ ਲੈ ਪ੍ਰਗਾਸ ਉਜਾਰਾ। ਨਉ ਘਰ ਦੇਖ ਜੋ ਕਾ ਮਨ ਭੂਲੀ, ਬਸਤ ਅਨੂਪ ਨਾ ਪਾਈ। ਕਹਿਤ ਕਬੀਰ ਨਵੇਂ ਘਰ ਮੂਸੇ, ਦਸਵੇਂ ਤਤ ਸਮਾਈ। ਗੌੜੀ ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾ, ਸਿਵ ਸਨਕਾਦ ਜਾਸ ਗੁਣ ਗਾਵ ਹੈ, ਤਾਸ ਬਸ ਹੈ ਮੋਰੇ ਪ੍ਰਾਨਾ ਨਾ। ਜਿਵੇਂ ਉਚਾਰਨ ਹੋ ਰਿਹਾ ਹੈ ਪਦ ਦਾ ਇਸੇ ਪ੍ਰਕਾਰ ਕਰਨਾ, ਆਨਾ ਨਾ, ਪ੍ਰਾਨਾ ਨਾ, ਧਿਆਨਾ ਨਾ, ਜਾਨਾ ਨਾ, ਭਾਵ ਕਿ ਜਿਹੜਾ ਸਭ ਤੋਂ ਮਗਰਲਾ ਨੰਨੇ ਕੰਨਾ ਹੈ, ਇਸ ਨੂੰ ਨਾਲ ਦੇ ਅੱਖਰ ਦੇ ਨਾਲ ਸੰਬੰਧਕ ਕਰਕੇ ਬੋਲਣਾ ਹੈ। ਆ ਨਾਨਾ, ਪ੍ਰਾਨਾਨਾ, ਜਾ ਨਾਨਾ, ਇਸ ਤਰ੍ਹਾਂ ਕਰਕੇ ਨਹੀਂ ਬੋਲਣਾ। ਆਨਾ ਨਾ, ਪ੍ਰਾਨਾ ਨਾ, ਸਾਰੇ ਅੱਖਰ ਇਸੇ ਪ੍ਰਕਾਰ ਹਨ। ਰਹਾਉ ਹਿਰਦੇ ਪ੍ਰਗਾਸ ਗਿਆਨ ਗੁਰ ਗੰਮਿਤ, ਗਗਨ ਮੰਡਲ ਮਹਿ ਧਿਆਨਾ ਨਾ। ਹਿਰਦੇ ਪ੍ਰਗਾਸ ਗਿਆਨ ਗੁਰ ਗੰਮਿਤ, ਗਗਨ ਮੰਡਲ ਮਹਿ ਧਿਆਨਾ ਨਾ। ਬਿਖੈ ਰੋਗ ਭੈ ਬੰਧਨ ਭਾਗੇ, ਮਨ ਨਿਜ ਘਰ ਸੁਖ ਜਾਨਾ ਨਾ। ਏਕ ਸੁਮਤ ਰਤ ਜਾਨ ਮਾਨ ਪ੍ਰਭ, ਦੂਸਰ ਮਨ ਹੈ ਨਾ ਆਨਾ ਨਾ। ਚੰਦਨ ਬਾਸ ਭਏ ਮਨ ਬਾਸਨ, ਤਿਆਗ ਘਟਿਓ ਅਭਿਮਾਨਾ ਨਾ। ਜੋ ਜਨ ਗਾਏ ਧਿਆਏ ਜਸ ਠਾਕੁਰ, ਤਾਸ ਪ੍ਰਭੂ ਹੈ ਥਾਨਾ ਨਾ। ਤਿਹ ਬਡ ਭਾਗ ਬਸਿਓ ਮਨ ਜਾ ਕੈ, ਕਰਮ ਪ੍ਰਧਾਨ ਮਥਾਨਾ ਨਾ। ਕਰਮ ਪ੍ਰਧਾਨ, ਇਕੱਠਾ ਕਰਮ ਪ੍ਰਧਾਨ ਕਰਕੇ ਨਹੀਂ ਬੋਲਣਾ ਕਿ ਕਰਮ ਪ੍ਰਧਾਨ, ਕਰਮ ਪ੍ਰਧਾਨ ਮਥਾਨਾ ਨਾ। ਕਾਟ ਸਕਤ ਸੇਵ ਸਹਿਜ ਪ੍ਰਗਾਸਿਓ, ਏਕੈ ਏਕ ਸਮਾਨਾ ਨਾ। ਕਹਿ ਕਬੀਰ ਗੁਰ ਭੇਟ ਮਹਾਂ ਸੁਖ, ਭ੍ਰਮਤ ਰਹੇ ਮਨ ਮਾਨਾ ਨਾ। ਰਾਗ ਗੌੜੀ ਪੂਰਬੀ 52 ਅਖਰੀ, ਕਬੀਰ ਜੀਓ ਕੀ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। 52 ਅੱਛਰ ਲੋਕ ਤ੍ਰੈ, ਸਭ ਕਾਸ਼ ਇਨ ਹੀ ਮਾਹੇ, ਇਹ ਅੱਖਰ ਖਿਰ ਜਾਹੇ ਗੇ, ਓਏ ਅਖਰ ਇਨ ਮਹਿ ਨਾਹੇ। ਇਹ ਭੇਦ ਦਾ ਧਿਆਨ ਰੱਖਣਾ, ਇਹ ਅੱਖਰ ਖਿਰ ਜਾਹੇ ਗੇ, ਓਏ ਅਖਰ ਇਨ ਮਹਿ ਨਾਹੇ। ਪਹਿਲਾ ਪਾਠ ਅੱਖਰ ਹੈ, ਦੂਸਰਾ ਅਖਰ ਹੈ। ਇਹ ਅੱਖਰ ਖਿਰ ਜਾਹੇ ਗੇ, ਓਏ ਅਖਰ ਇਨ ਮਹਿ ਨਾਹੇ।
ਜਹਾ ਬੋਲ ਤਹਿ ਅੱਛਰ ਆਵਾ, ਜਹ ਅਬੋਲ ਤਹਿ ਮਨ ਨਾ ਰਹਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਅਲਹਿ ਲਹੋ ਤਉ ਕਿਆ ਕਹੋ, ਕਹੋ ਤਾ ਕੋ ਉਪਕਾਰ। ਬਟਕ ਬੀਜ ਮਹਿ ਰਵ ਰਹਿਓ, ਜਾ ਕੋ ਤੀਨ ਲੋਕ ਬਿਸਥਾਰ। ਅਲਹਿ ਲਹੰਤਾ ਭੇਦ ਛੈ, ਕਾਛ ਕਾਛ ਪਾਇਓ ਭੇਦ, ਕਾਛ ਕਾਛ ਪਾਇਓ ਭੇਦ। ਉਲਟ ਭੇਦ ਮਨ ਭੇਦਿਓ, ਪਾਇਓ ਅਭੰਗ ਅਛੇਦ। ਤੁਰਕ ਤਰੀਕਤ ਜਾਣੀਐ, ਹਿੰਦੂ ਵੇਦ ਪੁਰਾਨ। ਮਨ ਸਮਝਾਵਨ ਕਾਰਨੇ, ਕਛੂਅਕ ਪੜੀਐ ਗਿਆਨ। ਓਅੰਕਾਰ ਆਦਿ ਮੈਂ ਜਾਨਾ, ਲਿਖ ਅਰ ਮੇਟੈ ਤਾਹੇ ਨਾ ਮਾਨਾ। ਓਅੰਕਾਰ ਲਖੈ ਜੋ ਕੋਈ, ਸੋਈ ਲਖ ਮੇਟਣਾ ਨਾ ਹੋਈ। ਕੱਕਾ ਕਿਰਨ ਕਮਲ ਮਹਿ ਪਾਵਾ, ਸੱਸ ਬਿਗਾਸ ਸੰਪਟ ਨਹੀਂ ਆਵਾ। ਹਰ ਜੇ ਤਹਾ ਕੁਸਮ ਰਸ ਪਾਵਾ, ਅਕਹਿ ਕਹਾ ਕਹਿ ਕਾ ਸਮਝਾਵਾ। ਅਕਹਿ ਕਹਾ, ਅਕਹਿ ਕਹਾ ਨਹੀਂ ਬੋਲਣਾ, ਐੜੇ ਨੂੰ ਸੰਬੰਧਕ ਕਰਕੇ ਅਕਹਿ ਕਹਾ ਕਹਿ ਕਾ ਸਮਝਾਵਾ। ਖਖਾ ਇਹ ਖੋੜ ਮਨ ਆਵਾ, ਖੋੜੇ ਛਾੜ ਨਾ ਦਹਿ ਦਿਸ ਧਾਵਾ। ਖਸਮਹਿ ਜਾਣ ਖਿਮਾ ਕਰ ਰਹਿ, ਤਉ ਹੋਏ ਨੇਖਿਓ ਅਖੈ ਪਦ ਲਹੈ। ਨੇ ਖਿਆਓ ਇਉਂ ਸੰਬੰਧਕ ਕਰਕੇ ਕਰਨਾ, ਤਉ ਹੋਏ ਨੇ ਖਿਆਓ ਅਖੈ ਪਦ ਲਹੈ। ਅਖੈ ਨਹੀਂ ਬੋਲਣਾ, ਅਖੈ ਪਦ ਲਹੈ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਰਹਿ ਬੇਹੰਗਮ ਕਥਹਿ ਨਾ ਜਾਈ, ਅਗਹਿ ਗਹਿ ਗਹਿ ਗਗਨ ਰਖਾਈ। ਘੱਗਾ ਘਾਟ ਘਾਟ ਨਿਮਸੈ ਸੋਈ, ਘਾਟ ਫੂਟੇ ਘਾਟ ਕਬਹਿ ਨਾ ਹੋਈ। ਘਾਟ ਫੂਟੇ ਘੱਟ ਕਬਹਿ ਨਾ ਹੋਈ, ਪਹਿਲਾ ਘਾਟ ਪੋਲਾ, ਦੂਸਰਾ ਘੱਟ ਕੱਸ ਕੇ, ਕਦੇ ਘੱਟ ਨਹੀਂ ਹੁੰਦਾ। ਘਾਟ ਫੂਟੇ ਘੱਟ ਘੱਟ ਕਬਹਿ ਨਾ ਹੋਈ, ਘਾਟ ਫੂਟੇ ਘੱਟ ਕਬਹਿ ਨਾ ਹੋਈ। ਪਹਿਲਾ ਘਾਟ ਪੋਲਾ ਬੋਲਣਾ, ਘਾਟ ਫੂਟੇ ਘੱਟ ਕਬਹਿ ਨਾ ਹੋਈ। ਤਾ ਘਟ ਮਾਹੇ ਘਾਟ ਜੋ ਪਾਵਾ, ਸੋ ਘਟ ਛਾਡ ਅਵ ਘਟ ਕਤ ਧਾਵਾ। ਗੰਗਾ ਨਿਗ੍ਰਹਿ ਸਨੇਹੋ ਕਰ, ਨਿਰਵਾਰੋ ਸੰਦੇਹ। ਨਾਹੀ ਦੇਖ ਨਾ ਭਾਜੀਐ, ਪਰਮ ਸਿਆਨਪ ਏਹ। ਚਚਾ ਰਚਿਤ ਚਿੱਤਰ ਹੈ ਭਾਰੀ, ਤਾਜ ਚਿੱਤਰੈ ਚੇਤ ਹੋ ਚਿਤਕਾਰੀ। ਚਿੱਤਰ ਬਚਿੱਤਰ ਇਹ ਅਵਝੇਰਾ, ਤਾਜ ਚਿੱਤਰੈ ਚਿਤ ਰਾਖ ਚਿਤੇਰਾ। ਛੱਛਾ ਇਹ ਛਤਰਪਤ ਪਾਸਾ, ਛੱਕ ਕੇ ਨਾ ਰਹੋ ਛਾੜ ਕੇ ਨਾ ਆਸਾ। ਰੇ ਮਨ ਮੈਂ ਤਉ ਛਿਨ ਛਿਨ ਸਮਝਾਵਾ, ਤਾਹੇ ਛਾੜ ਕਤ ਆਪ ਵਧਾਵਾ। ਜੱਜਾ ਜਉ ਤਨ ਜੀਵਤ ਜਰਾਵੈ, ਜੋਬਨ ਜਾਰ ਜੁਗਤ ਸੋ ਪਾਵੈ। ਆਸ ਜਾਰ ਪਾਰ ਜਾਰ, ਜਾਰ ਜਬ ਰਹੈ ਤਬ ਜਾਏ ਜੋਤ ਉਜਾਰੋ ਲਹੈ। ਝੱਜਾ ਉਰਜ ਸੁਰਜ ਨਹੀਂ ਜਾਨਾ, ਰਹਿਓ ਝਜਕ ਨਾਹੀ ਪਰਵਾਨਾ। ਕਤ ਝਖ ਝਖ ਔਰਨ ਸਮਝਾਵਾ, ਝਗਰ ਕੀਏ ਝਗਰੋ ਹੀ ਪਾਵਾ। ਨਿਆ ਨਿਕਟ ਜੋ ਘਟ ਰਹਿਓ, ਦੂਰ ਕਹਾ ਤਜ ਜਾਏ। ਜਾ ਕਾਰਨ ਜਗ ਢੂਡਿਆਉ, ਨੇਰੋ ਪਾਇਓ ਤਾਹੇ। ਟੱਟਾ ਵਿਕਟ ਘਾਟ ਘਟ ਮਾਹੀ, ਖੋਲ ਕਪਾਟ ਮਹਿਲ ਕੇ ਨਾ ਜਾਹੀ।
ਦੇਖ ਅਟਲ ਟਲ ਕਤਹਿ ਨਾ ਜਾਵਾ, ਰਹਿ ਲਪਟ ਘਟ ਪਰ ਚਉ ਪਾਵਾ। ਠੱਠਾ ਇਹ ਦੂਰ ਠਗ ਨੀਰਾ, ਨੀਠ ਨੀਠ ਮਨ ਕੀਆ ਧੀਰਾ। ਜੇ ਨ ਠੱਗ ਠੱਗਿਆ ਸਗਲ ਜਗ ਖਾਵਾ, ਸੋ ਠੱਗ ਠੱਗਿਆ ਠੌਰ ਮਨ ਆਵਾ। ਡੱਡਾ ਡਰ ਉਪਜੇ ਡਰ ਜਾਈ, ਤਾ ਡਰ ਮਹਿ ਡਰ ਰਹਿਆ ਸਮਾਈ। ਜਉ ਡਰ ਡਰੈ ਤਾ ਫਿਰ ਡਰ ਲਾਗੈ, ਨਿਡਰ ਹੂਆ ਡਰ ਉਰ ਹੋਏ ਭਾਗੈ। ਢੱਡਾ ਢਿਗ ਢੂਡ ਹੈ ਕਤ ਆਨਾ, ਢੱਡਾ ਢਿਗ ਢੂਡ ਹੈ ਕਤ ਆਨਾ, ਢੂਡਤ ਹੀ ਢਹਿ ਗਏ ਪਰਾਨਾ। ਚੜ ਸੁਮੇਰ ਢੂਡ ਜਬ ਆਵਾ, ਜਿਹ ਗੜ ਗੜਿਓ ਸੋ ਗੜ ਮਹਿ ਪਾਵਾ। ਅਣਾਣਾ ਰਣ ਰੂਤਉ ਨਰ ਨੇਹੀ ਕਰੈ, ਹਣਾਣਾ ਰਣ ਰੂਤਉ ਨਰ ਨੇਹੀ ਕਰੈ, ਨਾ ਨਿਵੈ ਨਾ ਫੁਨ ਸੰਚਰੈ। ਧਨ ਜਨਮ ਤਾਹੀ ਕੋ ਗਣੈ, ਮਾਰੈ ਏਕ ਹੈ ਮਾਰੈ ਏਕ ਹੈ ਤਜ ਜਾਇ ਘਣੈ। ਤੱਤਾ ਅਤਾਰ ਤਰਿਓ ਨਹਿ ਜਾਈ, ਅਤਰ ਨਹੀਂ ਬੋਲਣਾ, ਤੱਤਾ ਅਤਾਰ ਤਰਿਓ ਨਹਿ ਜਾਈ। ਹਾਂਜੀ। ਤਨ ਤ੍ਰਿਭਵਨ ਮਹਿ ਰਹਿਓ ਸਮਾਈ, ਜਉ ਤ੍ਰਿਭਵਨ ਤਨ ਮਾਹੇ ਸਮਾਵਾ, ਤਉ ਤਤ ਹੈ ਤਤ ਮਿਲਿਆ ਸੱਚ ਪਾਵਾ। ਥਥਾ ਅਥਾਹ ਥਾਹ ਨਹੀਂ ਪਾਵਾ, ਓਹ ਅਥਾਹ ਇਹੋ ਥਿਰ ਨਾ ਰਖਾਵਾ। ਥੋੜੈ ਥਾਲ ਥਾਨਕ ਆਰੰਭੈ, ਬੇਨ ਹੀ ਥਾਂਭੈ ਮੰਦਿਰ ਥੰਭੈ। ਦਾਦਾ ਦੇਖ ਜੋ ਬਿਨ ਸੰਹਾਰਾ, ਜਸ ਅਦੇਖ ਤਸ ਰਾਖ ਵਿਚਾਰਾ। ਦਾਦਾ ਦੇਖ ਜੋ ਬਿਨ ਸੰਹਾਰਾ, ਇਉਂ ਵਿਸਰਾਮ ਹੈ, ਜੋ ਕੁਝ ਦੇਖਦੇ ਹੋ ਇਹ ਸਭ ਨਾਸ ਹੋਣ ਵਾਲਾ ਹੈ। ਹਾਂਜੀ। ਦਸਵੈ ਦੁਆਰ ਕੁੰਚੀ ਜਬ ਦੀਜੈ, ਤਉ ਦਿਆਲ ਕੋ ਦਰਸਨ ਕੀਜੈ। ਧੱਦਾ ਅਰਧ ਹੈ ਉਰਦ ਨਬੇਰਾ, ਅਰਧ ਹੈ ਉਰਦ ਹੈ ਮੰਝ ਬਸੇਰਾ। ਅਰਧ ਹੈ ਛਾਡ ਉਰਦ ਜਉ ਆਵਾ, ਤਉ ਅਰਧ ਹੈ ਉਰਦ ਮਿਲਿਆ ਸੁਖ ਪਾਵਾ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਵਾਈ। ਨਿਰਖਤ ਨਿਰਖਤ ਜਬ ਜਾਏ ਪਾਵਾ, ਤਾਬਲੇ ਨਿਰਖ ਹੈ ਨਿਰਖ ਮਿਲਾਵਾ। ਪਪਾ ਅਪਾਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚਉ ਲਾਵਾ। ਪਾਂਚਉ ਇੰਦਰੀ ਨਿਗ੍ਰਹਿ ਕਰਈ, ਪਾਪ ਪੁੰਨ ਦੋਉ ਨਿਰਵਰਈ। ਫਫਾ ਬਿਨ ਫੂਲ ਹੈ ਫਲ ਹੋਈ, ਤਾ ਫਲ ਫੰਕ ਲਖੈ ਜਉ ਕੋਈ। ਦੂਣ ਨਾ ਪਰਈ ਫੰਕ ਵਿਚਾਰੈ, ਤਾ ਫਲ ਫੰਕ ਸਭੈ ਤਨ ਫਾਰੈ। ਬਾਬਾ ਬਿੰਦ ਹੈ ਬਿੰਦ ਮਿਲਾਵਾ, ਬਿੰਦ ਹੈ ਬਿੰਦ ਨਾ ਵਿਛੁਰਨ ਪਾਵਾ। ਬੰਦੋ ਹੋਏ ਬੰਦਗੀ ਕਹੈ, ਬੰਦਕ ਹੋਏ ਬੰਦ ਸੁਧ ਲਹੈ। ਬਾਬਾ ਭਿਦ ਹੈ ਭੇਦ ਮਿਲਾਵਾ, ਅਬ ਭਉ ਭਾਨ ਭਰੋਸਉ ਆਵਾ। ਜੋ ਬਾਹਰ ਸੋ ਭੀਤਰ ਜਾਣਿਆ, ਭਇਆ ਭੇਦ ਭੂਪਤ ਪਹਿਚਾਨਿਆ। ਮਮਾ ਮੂਲ ਗਹਿਆ ਮਨ ਮਾਨੈ, ਮਰਮੀ ਹੋਏ ਸੋ ਮਨ ਕਉ ਜਾਣੈ। ਮਤ ਕੋਈ ਮਨ ਮਿਲਤਾ ਬਿਲ ਮਾਵੈ, ਮਗਨ ਭਇਆ ਤੇ ਸੋ ਸੱਚ ਪਾਵੈ। ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ।
ਮਨ ਹੀ ਮਨ ਸਿਉ ਕਹੈ ਕਬੀਰਾ, ਮਨਸਾ ਮਿਲਿਆ ਨਾ ਕੋਇ। ਮੁੱਖ ਪਾਠ ਮਨਸਾ ਮਿਲਿਆ ਨਾ ਕੋਇ, ਇਹ ਸ਼ੁੱਧ ਹੈ। ਦੂਸਰੇ ਰੂਪ ਵਿੱਚ ਪਾਠ ਹੈ ਮਨ ਸਾ ਮਿਲਿਆ ਨਾ ਕੋਇ, ਇਉਂ ਵੀ ਛਾਪੇ ਵਿੱਚ ਛਪਦਾ ਹੈ ਮਨ ਵੱਖਰਾ ਅਤੇ ਸਾ ਵੱਖਰਾ। ਮਨਸਾ ਮਿਲਿਆ ਨਾ ਕੋਇ ਇਹ ਪ੍ਰਮੁੱਖ ਰੂਪ ਵਿੱਚ ਹੈ ਜੀ। ਇਹੋ ਮਨ ਸ਼ਕਤੀ ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ, ਇਹੋ ਮਨ ਲੇ ਜੋ ਉਨਮਨ ਰਹੈ, ਤਉ ਤੀਨ ਲੋਕ ਕੀ ਬਾਤ ਕਹੈ। ਯਈਆ ਜੋ ਜਾਨ ਹੈ ਤਉ ਦੁਰਮਤ ਹਨ, ਕਰ ਬਸ ਕਾਇਆ ਗਾਉ, ਰਣ ਰੂਤਉ ਭਾਜੈ ਨਹੀਂ, ਸੂਰੋ ਥਾਰਉ ਨਾਉ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਲੱਲਾ ਐਸੇ ਲਿਵ ਮਨ ਲਾਵੈ, ਅਨਤ ਨਾ ਜਾਏ ਪਰਮ ਸੱਚ ਪਾਵੈ। ਅਰ ਜਾਓ ਤਹਾ ਪ੍ਰੇਮ ਲਿਵ ਲਾਵੈ, ਤਉ ਅਲਹਿ ਲਹਿ ਲਹਿ ਚਰਨ ਸਮਾਵੈ। ਵਵਾ ਬਾਰ ਬਾਰ ਬਿਸਨ ਸੰਭਾਰ, ਬਿਸਨ ਸੰਭਾਰ ਨਾ ਆਵੈ ਹਾਰ। ਬਾਲ ਬਾਲ ਜੇ ਬਿਸਨ ਤਨਾ ਜਸ ਗਾਵੈ, ਬਿਸਨ ਮਿਲੇ ਸਭ ਹੀ ਸੱਚ ਪਾਵੈ। ਵਾਹ ਵਾਹ ਵਾਹੀ ਜਾਣੀਐ, ਵਾਹ ਜਾਣੇ ਇਹੋ ਹੋਏ, ਇਹੋ ਅਰ ਉਹ ਤਬ ਮਿਲੈ, ਇਹੋ ਅਰ ਉਹ ਜਬ ਮਿਲੈ, ਤਬ ਮਿਲਤ ਨਾ ਜਾਣੈ ਕੋਏ। ਸੱਸਾ ਸੋ ਨੀਕਾ ਕਰ ਸੋਧ ਹੋ, ਘਟ ਪਰਚਾ ਕੀ ਬਾਤ ਨਿਰੋਧ ਹੋ। ਘਟ ਪਰਚਾ ਜੋ ਉਪਜੈ ਭਾਉ, ਪੂਰ ਰਹਿਆ ਤਹਿ ਤ੍ਰਿ ਭਵਨ ਰਾਉ। ਖਖਾ ਖੋਜ ਪਰੈ ਜੋ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ। ਖੋਜ ਬੂਝ ਜੋ ਕਰੈ ਵਿਚਾਰਾ, ਤੋ ਭਵਜਲ ਤਰਤ ਨਾ ਲਾਵੈ ਬਾਰਾ। ਸੱਸਾ ਸੋ ਸਹਿ ਸੇਜ ਸਵਾਰੈ, ਸੋਈ ਸਹੀ ਸੰਦੇਹ ਨਿਵਾਰੈ। ਅਲਪ ਸੁਖ ਛਾਡ ਪਰਮ ਸੁਖ ਪਾਵਾ, ਤਬ ਇਹ ਤ੍ਰੀ ਉਹ ਕੰਤ ਕਹਾਵਾ। ਹਾਹਾ ਹੋਤ ਹੋਏ ਨਹੀਂ ਜਾਨਾ, ਜਬ ਹੀ ਹੋਏ ਤਬ ਹੈ ਮਨ ਮਾਨਾ। ਹੈ ਤਉ ਸਹੀ ਲਖੈ ਜੋ ਕੋਈ, ਤਬ ਉਹੀ ਉਹ ਇਹੋ ਨਾ ਹੋਈ। ਹਾਂਜੀ, ਤਬ ਉਹੀ ਉਹ ਇਹੋ ਨਾ ਹੋਈ। ਲਿਓ ਲਿਓ ਕਰਤ ਫਿਰੈ ਸਭ ਲੋਕ, ਤਾ ਕਾਰਣ ਵਿਆਪੈ ਬਹੁ ਸੋਗ। ਲਖਮੀ ਬਰ ਸਿਓ ਜਉ ਲਿਓ ਲਾਵੈ, ਸੋਗ ਮਿਟੈ ਸਭ ਹੀ ਸੁਖ ਪਾਵੈ। ਖਖਾ ਖਿਰਤ ਖਪਤ ਗਏ ਕੇਤੇ, ਖਿਰਤ ਖਪਤ ਅਜਹੂ ਨਹਿ ਚੇਤੇ। ਅਬ ਜਗ ਜਾਨ ਜੋ ਮਨਾ ਰਹੈ, ਜਹਿ ਕਾ ਬਿਛੁਰਾ ਤਹਿ ਥਿਰ ਲਹੈ। ਹਾਂਜੀ, ਇੱਥੇ ਮਨਾ ਪਾਠ ਪੋਲਾ ਨਹੀਂ ਕਰਨਾ। ਮਨਾ ਅਬ ਜਗ ਜਾਨ ਜੋ ਮਨਾ ਰਹੈ, ਭਾਵ ਜੇ ਰੁਕਿਆ ਰਹੇ ਵਿਕਾਰਾਂ ਵੱਲੋਂ, ਮਨ ਨੂੰ ਮਨਾ ਕਰਕੇ ਰੱਖੇ, ਮਨਾਹੀ ਕਰਕੇ ਜਗਤ ਵਿੱਚ ਜਾਣ ਕੇ ਸਤਿਗੁਰੂ ਦੇ ਉਪਦੇਸ਼ ਨੂੰ, ਜੇ ਵਿਕਾਰਾਂ ਵੱਲੋਂ ਮਨਾ ਹੋਇਆ ਰਹੇ। ਅਬ ਜਗ ਜਾਨ ਜੋ ਮਨਾ ਰਹੈ, ਜਹਿ ਕਾ ਬਿਸ਼ੁਰਾ ਤਹਿ ਥਿਰ ਲਹੈ। ਬਾਵਨ ਅੱਖਰ ਜੋਰੇ ਆਨ, ਸਕਿਆ ਨਾ ਅੱਖਰ ਏਕ ਪਛਾਨ। ਸਤ ਕਾ ਸ਼ਬਦ ਕਬੀਰਾ ਕਹੈ, ਪੰਡਿਤ ਹੋਏ ਸੋ ਅਨਭੈ ਰਹੈ। ਪੰਡਿਤ ਲੋਕ ਹੈ ਕਉ ਵਿਵਹਾਰ, ਗਿਆਨਵੰਤ ਕਉ ਤਤ ਵਿਚਾਰ।
ਜਾ ਕੈ ਜੀਅ ਜੈਸੀ ਬੁੱਧ ਹੋਈ, ਕਹਿ ਕਬੀਰ ਜਾਣੈਗਾ ਸੋਈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਥਿੱਤੀ ਕਬੀਰ ਜੀ ਕੀ। ਸਲੋਕ ਪੰਦਰਹ ਥਿੱਤੀ ਸਾਤ ਵਾਰ, ਕਹਿ ਕਬੀਰ ਉਰਵਾਰ ਨਾ ਪਾਰ। ਸਾਧਿਕ ਸਿੱਧ ਲਖੈ ਜੋ ਪੇਉ, ਆਪੇ ਕਰਤਾ ਆਪੇ ਦੇਉ। ਥਿੱਤੀ ਅਮਾਵਸ ਮਹਿ ਆਸ ਨਿਵਾਰਹੁ, ਅੰਤਰ ਜਾਮੀ ਰਾਮ ਸੰਭਾਰਹੁ। ਜੀਵਤ ਪਾਵਹੁ ਮੋਖ ਦੁਆਰ, ਅਨਭਉ ਸ਼ਬਦ ਤਤ ਨਿਜ ਸਾਰ। ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ। ਹਰ ਕੀਰਤਨ ਮਹਿ ਅਨਦਿਨ ਜਾਗਾ ਰਖਾਉ। ਪਰਵਾ ਪ੍ਰੀਤਮ ਕਰਹੋ ਵਿਚਾਰ, ਘਾਟ ਮਹਿ ਖੇਲੈ ਅਘਾਟ ਅਪਾਰ। ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮਹਿ ਰਹੈ ਸਮਾਏ। ਦੁਤੀਆ ਦੁਹ ਕਰ ਜਾਣੈ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ। ਨਾ ਉਹ ਵੱਡੈ ਨਾ ਘਟਤਾ ਜਾਏ, ਅਕੁਲ ਨਿਰੰਜਨ ਏਕੈ ਭਾਏ। ਤ੍ਰਿਤੀਆ ਤੀਨੇ ਸਮ ਕਰ ਲਿਆਵੈ, ਆਨੰਦ ਮੂਲ ਪਰਮ ਪਦ ਪਾਵੈ। ਸਾਧ ਸੰਗਤ ਉਪਜੈ ਵਿਸਵਾਸ, ਬਾਹਰ ਭੀਤਰ ਸਦਾ ਪ੍ਰਗਾਸ। ਚੌਥ ਹੈ ਚੰਚਲ ਮਨ ਕਉ ਗਹੋ, ਕਾਮ ਕ੍ਰੋਧ ਸੰਗ ਕਬਹੋ ਨਾ ਬਹੋ। ਜਲ ਥਲ ਮਾਹੇ ਆਪ ਹੈ ਆਪ, ਆਪੈ ਜਪਹੋ ਆਪਣਾ ਜਾਪ। ਪੰਚ ਤਤ ਬਿਸਥਾਰ, ਕਨਿਕ ਕਾਮਨੀ ਜੁਗ ਵਿਵਹਾਰ। ਪ੍ਰੇਮ ਸੁਧਾ ਰਸ ਪੀਵੈ ਕੋਇ, ਜਰਾ ਮਰਨ ਦੁਖ ਫੇਰ ਨਾ ਹੋਇ। ਛਾਠ ਖਾਟ ਚੱਕਰ ਛਹੂੰ ਦਿਸ ਧਾਇ, ਬਿਨ ਪਰਚੈ ਨਹੀਂ ਥਿਰਾ ਰਖਾਇ। ਦੁਬਦਾ ਮੇਟ ਖਿਮਾ ਗਹਿ ਰਹੋ, ਕਰਮ ਧਰਮ ਕੀ ਸੂਲ ਨਾ ਸਹੋ। ਸਤ ਕਰ ਬਾਚਾ ਜਾਣ, ਆਤਮ ਰਾਮ ਲੇਖੋ ਪਰਵਾਣ। ਛੂਟੈ ਸੰਸਾ ਮਿਟ ਜਾਹੇ ਦੁਖ, ਸੁਨ ਸਰੋਵਰ ਪਾਵਹੋ ਸੁਖ। ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤਾ ਮਹਿ ਅਕੁਲ ਮਹਾ ਨਿਧ ਰਾਇਆ। ਗੁਰ ਗਮ ਗਿਆਨ ਬਤਾਵੈ ਭੇਦ, ਉਲਟਾ ਰਹੈ ਅਭੰਗ ਅਛੇਦ। ਨੌਮੀ ਨਵੈ ਦੁਆਰ ਕਉ ਸਾਧ, ਬਹਿਤੀ ਮਨਸਾ ਰਾਖਹੋ ਬਾਂਧ। ਲੋਭ ਮੋਹ ਸਭ ਬੀਸਰ ਜਾਹੋ, ਜੁਗ ਜੁਗ ਜੀਵਹੋ ਅਮਰ ਫਲ ਖਾਹੋ। ਦਸਵੀਂ ਦਹਿ ਦਿਸ ਹੋਏ ਆਨੰਦ, ਛੂਟੈ ਭਰਮ ਮਿਲੈ ਗੋਬਿੰਦ। ਜੋਤ ਸਰੂਪੀ ਤਤ ਅਨੂਪ, ਅਮਲ ਨਾ ਮਲਨ ਛਾਹ ਨਹੀਂ ਧੂਪ। ਅਮਲ ਨਹੀਂ ਕਰਨਾ ਪਾਠ ਇੱਥੇ, ਅਮਲ ਨਹੀਂ ਅਮਾਲ, ਇਹਦੇ 'ਤੇ ਭਾਰ ਵੀ ਨਹੀਂ ਦੇਣਾ, ਅਮਲ ਵੀ ਨਹੀਂ ਕਰਨਾ। ਅਮਾਲ ਨਾ ਮਲਨ ਛਾਹ ਨਹੀਂ ਧੂਪ। ਏਕਾਦਸੀ ਏਕ ਦਿਸ ਧਾਵੈ, ਤੋ ਜੋਨੀ ਸੰਕਟ ਬਹਰ ਨਾ ਆਵੈ। ਸੀਤਲ ਨਿਰਮਲ ਭਇਆ ਸਰੀਰਾ, ਦੂਰ ਬਤਾਵਤ ਪਾਇਆ ਨੀਰਾ। ਬਾਰਸ ਬਾਰਹਿ ਉਗਵੈ ਸੂਰ, ਅਹਿਨਿਸ ਬਾਜੇ ਅਨਹਦ ਤੂਰ। ਦੇਖਿਆ ਤਿਹੂੰ ਲੋਕ ਕਾ ਪੀਓ, ਅਚਰਜ ਭਇਆ ਜੀਵ ਤੇ ਸੀਓ। ਤੇਰਸ ਤੇਰਹਿ ਅਗਮ ਬਖਾਣ, ਅਰਧ ਉਰਧ ਵਿੱਚ ਸਮ ਪਹਿਚਾਣ।
ਊਚ ਨੀਚ ਊਚ ਨੀਚ ਊਚ ਨਹੀਂ ਮਾਨ ਅਮਾਨ ਵਿਆਪਿਕ ਰਾਮ ਸਗਲ ਸਾਮਾਨ ਚੌਦਸ ਚੌਦਹਿ ਲੋਕ ਮਝਾਰ ਰੋਮ ਰੋਮ ਮਹਿ ਬਸਹਿ ਮੁਰਾਰ ਸਤ ਸੰਤੋਖ ਕਾ ਧਰਹੋ ਧਿਆਨ ਕਥਨੀ ਕਥੀਐ ਬ੍ਰਹਮ ਗਿਆਨ ਪੂਨਿਓ ਪੂਰਾ ਚੰਦ ਆਕਾਸ ਪਸਰਹਿ ਕਲਾ ਸਹਿਜ ਪ੍ਰਗਾਸ ਪੂਨਿਓ ਇਹਦੇ ਵਿੱਚ ਐੜੇ ਦਾ ਪ੍ਰਭਾਵ ਨਾ ਪਵੇ ਪੂਨਿਓ ਨਹੀਂ ਪੂਨਿਓ ਪੂਰਾ ਚੰਦ ਆਕਾਸ ਪੂਨਿਓ ਪੂਰਾ ਚੰਦ ਆਕਾਸ ਪਸਰਹਿ ਕਲਾ ਸਹਿਜ ਪ੍ਰਗਾਸ ਆਦਿ ਅੰਤ ਮੱਧ ਹੋਏ ਰਹਿਆ ਥੀਰ ਸੁਖ ਸਾਗਰ ਮਹਿ ਰਮਹਿ ਕਬੀਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਜੀਓ ਕੇ ਸਤ ਖਾਲਸਾ ਜੀ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਰਿਆਂ ਰਾਹੀਂ ਦਿਨਾਂ ਰਾਹੀਂ ਮਹੀਨਿਆਂ ਦੇ ਨਾਵਾਂ ਰਾਹੀਂ ਰਹਿਣ ਦਿਨ ਰਾਹੀਂ ਉਪਦੇਸ਼ ਬਖਸ਼ਿਆ ਭਗਤ ਕਬੀਰ ਜੀ ਦੀ ਬਾਵਨ ਅੱਖਰੀ ਵੀ ਆਪਾਂ ਪੜ੍ਹੀ ਸੁਣੀ ਹੈ ਥਿੱਤਾਂ ਰਾਹੀਂ ਵੀ ਉਪਦੇਸ਼ ਬਖਸ਼ਿਆ ਹੈ ਅੱਗੇ ਹੁਣ ਜਿਹੜੇ ਸਾਡੇ 7 ਵਾਰ ਹਨ ਐਤ ਸੋਮ ਮੰਗਲ ਬੁੱਧਵਾਰ ਇਤਿਆਦਿਕ ਇਹਨਾਂ ਵਾਰਾਂ ਦੇ ਨਾਵਾਂ ਰਾਹੀਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੌੜੀ ਰਾਗ ਦੇ ਵਿੱਚ ਇਹ ਭਗਤ ਕਬੀਰ ਜੀ ਦੀ ਬਾਣੀ ਹੈ ਬਿਲਾਵਲ ਰਾਗ ਦੇ ਵਿੱਚ ਵੀ ਵਾਰ 7 ਬਾਣੀ ਆਉਂਦੀ ਹੈ ਇਉਂ ਇਹਨਾਂ 7 ਵਾਰਾਂ ਰਾਹੀਂ ਵੀ ਸਤਿਗੁਰੂ ਨੇ ਉਪਦੇਸ਼ ਦਿੱਤਾ ਇਹ ਦਿਨ ਵਾਹਿਗੁਰੂ ਕੇ ਹੁਕਮ ਦੇ ਵਿੱਚ ਪ੍ਰਭੂ ਦੀ ਰਜ਼ਾ ਵਿੱਚ ਪ੍ਰਭੂ ਦੀ ਬੰਦਗੀ ਕਰਦਿਆਂ ਹੋਇਆਂ ਕਿਵੇਂ ਬਤੀਤ ਕਰਦੇ ਨੇ ਇਹ ਪਾਵਨ ਉਪਦੇਸ਼ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਰਾਗ ਗੌੜੀ ਵਾਰ ਕਬੀਰ ਜੀਓ ਕੇ 7 ਕਿਉਂਕਿ 7 ਵਾਰ ਹਨ ਨਾ ਕੁੱਲ ਸੋ ਇਹ 7 ਉਚਾਰਨ ਕਰਨਾ ਹੈ 7ਵਾਂ ਜਾਂ 7ਵੀਂ ਇਸ ਤਰ੍ਹਾਂ ਨਹੀਂ 7 ਇਉਂ ਉਚਾਰਨ ਕਰਨਾ ਰਾਗ ਗੌੜੀ ਵਾਰ ਕਬੀਰ ਜੀਓ ਕੇ 7 ਬਾਰ ਬਾਰ ਹਰ ਕੇ ਗੁਣ ਗਾਵੋ ਗੁਰ ਗਾਮ ਭੇਦ ਸੋ ਹਰ ਕਾ ਪਾਵੋ ਰਖਾਉ ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਭ ਦੱਦੇ ਦੇ ਉੱਪਰ ਥੋੜ੍ਹਾ ਭਾਰ ਦੇ ਕੇ ਆਦਿਤ ਆਦਿਤ ਵਾਰ ਕਿਹਾ ਜਾਂਦਾ ਹੈ ਐਤਵਾਰ ਰਵੀਵਾਰ ਆਦਿਤ ਵਾਰ ਇਹ ਸਾਰਾ ਇੱਕ ਨਾਮ ਹੈ ਆਦਿਤ ਕਰੈ ਭਗਤ ਆਰੰਭ ਇਹ ਨਿਸ ਅਖੰਡ ਸੋ ਰਹੀ ਜਾਏ ਸੋ ਰਹੀ ਜਾਏ ਮੁੱਖ ਪਾਠ ਇਸੇ ਪ੍ਰਕਾਰ ਹੈ ਆਮ ਤੌਰ 'ਤੇ ਸੁਰਹੀ ਇਕੱਠਾ ਛਪਿਆ ਹੁੰਦਾ ਹੈ ਦੂਸਰੇ ਅਰਥ ਵਿੱਚ ਸੁਰਹੀ ਪਾਠ ਵੀ ਇਕੱਠਾ ਕਰਦੇ ਨੇ ਪਰ ਮੁੱਖ ਰੂਪ ਵਿੱਚ ਸੋ ਰਹੀ ਜਾਏ ਹਾਂਜੀ ਤਉ ਅਨਹਦ ਬੇਣ ਸਹਿਜ ਮਹਿ ਬਾਏ ਸੋਮਵਾਰ ਸੱਸ ਅੰਮ੍ਰਿਤ ਝਰੈ ਸੱਸ ਪੋਲਾ ਬੋਲਣਾ ਸੱਸ ਕਹਿੰਦੇ ਨੇ ਚੰਦਰਮਾ ਨੂੰ ਸੋਮ ਨਾਮ ਵੀ ਚੰਦਰਮਾ ਦਾ ਹੈ ਹਾਂਜੀ ਸੋਮਵਾਰ ਸੱਸ ਅੰਮ੍ਰਿਤ ਝਰੈ ਚਾਖਤ ਬੇਗ ਸਗਲ ਬੇਖ ਹਰੈ ਬਾਣੀ ਰੋਕਿਆ ਰਹਿ ਦੁਆਰ ਤਉ ਮਨ ਮਤਵਾਰੋ ਪੀਵਨ ਹਾਰ ਮੰਗਲਵਾਰੇ ਲੇ ਮਾਹੀਤ ਪੰਚ ਚੋਰ ਕੀ ਜਾਣੈ ਰੀਤ ਘਰ ਛੋਡੇ ਬਾਹਰ ਜਿਨ ਜਾਏ ਨਾ ਤਰ ਖਰਾ ਰਿਸੈ ਹੈ ਰਾਏ ਬੁੱਧਵਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮਹਿ ਹਰ ਕਾ ਬਾਸ
ਗੁਰ ਮਿਲ ਦੋ ਏਕ ਸਮ ਧਰੈ ਉਰਧ ਪੰਕ ਲੈ ਸੂਧਾ ਕਰੈ ਬ੍ਰਹਸਪਤ ਵਿਖਿਆ ਦੇ ਬਖਾਏ ਤੀਨ ਦੇਵ ਏਕ ਸੰਗ ਲਾਏ ਤੀਨ ਨਦੀ ਤਹਿ ਤ੍ਰਿਕੁਟੀ ਮਾਹੇ ਐਹ ਨਿਸ ਕਸਮਲ ਧੋਵਹਿ ਨਾਹੇ ਐਹ ਨਿਸ ਕਸਮਲ ਧੋਵਹਿ ਨਾਹੇ ਹਾਂਜੀ ਨਾਹੇ ਪਾਠ ਹੈ ਨਾਹੇ ਨਹੀਂ ਕਰਦਾ ਧੋਵਹਿ ਨਾਹੇ ਨਾਹੇ ਅੰਤਰ ਆਤਮੇ ਇਉਂ ਨਹਾ ਕੇ ਰਾਤ ਦਿਨ ਆਪਣੇ ਪਾਪਾਂ ਨੂੰ ਧੋਵੇ ਵਾਹਿਗੁਰੂ ਦੇ ਸਿਮਰਨ ਦੇ ਸਦਕਾ ਹਾਂਜੀ ਸੋ ਕ੍ਰਿਤ ਸਹਾਰੈ ਸੋ ਇਹ ਬ੍ਰਤ ਚੜੈ ਅਨ ਦਿਨ ਆਪ ਆਪ ਸਿਉ ਲੜੈ ਅਨ ਦਿਨ ਆਪ ਆਪ ਸਿਉ ਲੜੈ ਸੁਰਖੀ ਪਾਂਚਉ ਰਾਖੈ ਸਬੈ ਤਉ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ ਥਾਵਰ ਥਿਰ ਕਰ ਰਾਖੈ ਸੋਏ ਜੋਤ ਦੀ ਵੱਟੀ ਘਟ ਮਹਿ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੁਆ ਸਗਲ ਕਰਮ ਕਾ ਨਾਸ ਜਬ ਲੱਗ ਘਟ ਮਹਿ ਦੂਜੀ ਆਨ ਤਉ ਲਉ ਮਹਿਲ ਨਾ ਲੱਭੈ ਜਾਨ ਲੱਭੈ ਇਉਂ ਪਾਠ ਕਰਨਾ ਲੰਭੈ ਨਹੀਂ ਕਰਨਾ ਲੱਭੈ ਤੋਂ ਭਾਵ ਹੈ ਲੱਭਣਾ ਤਉ ਲਉ ਮਹਿਲ ਨਾ ਲੱਭੈ ਜਾਨ ਰਮਤ ਰਾਮ ਸਿਉ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਾਨ ਕਸ ਨਾ ਤਰੇ ਰਹਾਉ ਤਾਰੀਲੇ ਗਨਕਾ ਬਿਨ ਰੂਪ ਕੁਬਜਾ ਵਿਆਧ ਅਜਾਮਲ ਤਾਰੀਅਲੇ ਚਰਨ ਬਧਿਕ ਜਨ ਤੇਉ ਮੁਕਤ ਭਏ ਹਉ ਬਲ ਬਲ ਜਿਨ ਰਾਮ ਕਹੇ ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕਉ ਰਾਜ ਦੀਏ ਉਗਰ ਸੈਨ ਕਉ ਰਾਜ ਦੀਏ ਜਾਪ ਹੀਨ ਤਾਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇਉ ਤਰੇ ਦੇਵਾ ਪਾਹਨ ਤਾਰੀਅਲੇ ਐੜਾ ਆਇਆ ਹੈ ਵਿੱਚ ਤਾਰੀਅਲੇ ਰਹਾਉ ਤੋਂ ਅਗਲੀ ਪੰਕਤੀ ਤਾਰੀ ਲੇ ਗਨਕਾ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀਅਲੇ ਤਾਰੀਅਲੇ ਤਾਰੀ ਲੇ ਇਹਨਾਂ ਦੋਹਾਂ ਲਫਜ਼ਾਂ ਦੇ ਵਿੱਚ ਅੰਤਰ ਜੋ ਹੈ ਭਾਈ ਇਸ ਨੂੰ ਉਚਾਰਨ ਦੇ ਵਿੱਚ ਆਪਣੇ ਧਿਆਨ ਵਿੱਚ ਰੱਖਣਾ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗੁਆਰੀਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰੀ ਸੰਗਤ ਪੋਚ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਿਲਤਾ ਜਨਮ ਕੋ ਭਾਂਤੀ ਰਾਮ ਗੁਸਈਆ ਜੀ ਕੇ ਜੀਵਨਾ ਮੋਹੇ ਨਾ ਬਿਸਾਰਹੁ ਮੈਂ ਜਨ ਤੇਰਾ ਰਖਾਉ ਮੇਰੀ ਹਰਹੋ ਬਿਪਤ ਜਨ ਕਰਹੋ ਸੁਭਾਈ ਚਰਨ ਨਾ ਛਾਡੋ ਸਰੀਰ ਕਾਲ ਜਾਈ ਕਹੋ ਰਵਿਦਾਸ ਪਰੋ ਤੇਰੀ ਸਾਬਾ ਬੇਗ ਸਾਂਭਾ ਬਿੰਦੀ ਲਾ ਕੇ ਪਾਠ ਹੋਵੇਗਾ ਕਹੋ ਰਵਿਦਾਸ ਪਰੋ ਤੇਰੀ ਸਾਂਭਾ ਬੇਗ ਮਿਲਹੋ ਜਾਨ ਕਰ ਨਾ ਬਿਲਾਂਬਾ ਬਿਲਾਂਬਾ ਬੋਲਾ ਬੇਗ ਮਿਲਹੋ ਜਾਨ ਕਰ ਨਾ ਬਿਲਾਂਬਾ
ਬੇਗਮਪੁਰਾ ਸਹਿਰ ਕੋ ਨਾਉ, ਦੁਖ ਅੰਦੋਹ ਨਹੀਂ ਤੇਹ ਠਾਉ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਹੇ ਖੂਬ ਵਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਰਹਾਉ ਕਾਇਮ ਦਾਇਮ ਸਦਾ ਪਾਤ ਸਾਹੀ, ਦੋਮ ਨਾ ਸੇਮ ਏਕ ਸੋ ਆਹੀ। ਆਬਾਦਾਨ ਸਦਾ ਮਸਹੂਰ, ਊਹਾਂ ਗਨੀ ਬਸ ਹੈ ਮਾਮੂਰ। ਤਿਉ ਤਿਉ ਸੈਲ ਕਰਹਿ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਆਬਾਦਾਨ ਆਬਾਦਾਨ ਇਉਂ ਵੱਖ ਵੱਖ ਨਹੀਂ ਕਰਨਾ, ਆਬਾਦਾਨ ਤੋਂ ਭਾਵ ਹੈ ਆਬਾਦ ਹੋਇਆ ਹੋਇਆ, ਜਿੱਥੇ ਆਬਾਦੀ ਵੱਸਦੀ ਹੈ, ਜਿੱਥੇ ਰੌਣਕ ਹੈ। ਆਬਾਦਾਨ ਇਕੱਠਾ ਪਾਠ ਕਰਨਾ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੌੜੀ ਬੈਰਾਗਣ ਰਵਿਦਾਸ ਜੀਉ। ਘਟ ਅਵਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਰਮਈਏ ਸਿਓ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਇ ਰੇ। ਰਖਾਉ ਹਉ ਬਨਜਾਰੋ ਰਾਮ ਕੋ, ਸਹਿਜ ਕਰੋ ਵਿਆਪਾਰ। ਵਿਆਪਾਰ ਵਾਪਾਰ ਨਹੀਂ ਕਹਿਣਾ, ਵਿਆਪਾਰ। ਮੈਂ ਰਾਮ ਨਾਮ ਧਨ ਲਾਦਿਆ, ਬਿਖ ਲਾਦੀ ਸੰਸਾਰ। ਉਰਵਾਰ ਪਾਰ ਕੇ ਦਾਨੀਆ, ਲਿਖ ਲੇਹੋ ਆਲ ਪਤਾਲ। ਮੋਹੇ ਜਮ ਡੰਡ ਨਾ ਲਾਗਈ, ਤਜੀ ਲੇ ਸਰਬ ਜੰਜਾਲ। ਜੈਸਾ ਰੰਗ ਕਸੁੰਭ ਕਾ, ਤੈਸਾ ਇਹੋ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਕਹੋ ਰਵਿਦਾਸ ਚਮਾਰ। ਗੌੜੀ ਪੂਰਬੀ ਰਵਿਦਾਸ ਜੀਉ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕੂਪ ਭਰਿਓ ਜੈਸੇ ਦਾਦੇਰਾ, ਕਾਸ਼ ਦੇਸ ਵਿਦੇਸ ਨਾ ਬੂਝ। ਐਸੇ ਮੇਰਾ ਮਨ ਬਿਖਿਆ ਬਿਮੋਹਿਆ, ਕਾਸ਼ ਆਰਾ ਪਾਰ ਨਾ ਸੂਝ। ਸਗਲ ਭਵਨ ਕੇ ਨਾਇਕਾ, ਇੱਕ ਛੇਨ ਦਰਸ ਦਿਖਾਏ ਜੀ। ਰਖਾਉ ਮਲਿਨ ਭਈ ਮਤ ਮਾਧਵਾ, ਤੇਰੀ ਗਾਤ ਲਖੀ ਨਾ ਜਾਏ। ਕਰਹੋ ਕਿਰਪਾ ਭ੍ਰਮ ਚੂਕਈ, ਮੈਂ ਸੁਮਤ ਦੇ ਹੋ ਸਮਝਾਏ। ਜੋਗੀ ਸਰ ਪਾਵ ਹੈ ਨਹੀਂ, ਤੋ ਗੁਣ ਕਥਨ ਅਪਾਰ। ਪ੍ਰੇਮ ਭਗਤ ਕਹਿ ਕਾਰਣੈ, ਕਹੋ ਰਵਿਦਾਸ ਚਮਾਰ। ਜੋਗੀ ਸਰ, ਜੋਗੀ ਸਰ ਵੱਖ ਵੱਖ ਨਹੀਂ ਕਰਨਾ, ਜੋਗੀ ਸਰ ਪਾਵ ਹੈ ਨਹੀਂ। ਹਾਂਜੀ ਗੌੜੀ ਬੈਰਾਗਣ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਯੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਚਾਰ। ਤੀਨੋਂ ਯੁਗ ਤੀਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਪਾਰ ਕੈਸੇ ਪਾਇਬੋ ਰੇ, ਮੋ ਸੋ ਕੋਉ ਨਾ ਕਹਿ ਸਮਝਾਏ। ਜਾ ਤੇ ਆਵਾ ਗਵਨ ਬਿਲਾਏ। ਰਖਾਉ ਬਹੁ ਬਿਧ ਧਰਮ ਨਿਰੂਪੀਐ। ਸਤਯੁਗ ਸਤ ਤੇਤਾ ਜੱਗੀ, ਇਹ ਥੋੜ੍ਹਾ ਕੱਸ ਕੇ ਪਾਠ ਕਰਨਾ, ਜੱਗੀ ਨਹੀਂ। ਸਤਿਗੁਰ ਸਤ ਤੇਤਾ ਜੱਗੀ, ਥੋੜ੍ਹੀ ਬਿੰਦੀ ਸਹਿਤ, ਥੋੜ੍ਹੀ ਜਿਹੀ ਬਿੰਦੀ ਸਹਿਤ ਔਰ ਕੱਸ ਕੇ, ਇਹ ਜੱਗ ਦਾ ਵਾਚਕ ਹੈ ਜੀ। ਰਹਾਉ ਬਹੁ ਬਿਧ ਧਰਮ ਨਿਰੂਪੀਐ।
ਬਹੁ ਬਿਦ ਧਰਮ ਨਿਰੂਪੀਐ ਕਰਤਾ ਦਿਸੈ ਸਭ ਲੋਏ ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿੱਧ ਹੋਏ ਕਰਮ ਅਕਰਮ ਵਿਚਾਰੀਐ ਸੰਕਾ ਸੁਨ ਬੇਦ ਪੁਰਾਨ ਸੰਸਾ ਸਦ ਹਿਰਦੈ ਬਸੈ ਕੌਣ ਹਿਰੈ ਅਭਿਮਾਨ ਬਾਹਰ ਉਦਕ ਪਖਾਰੀਐ ਘਾਟ ਭੀਤਰ ਵਿਵਿਧ ਵਿਕਾਰ ਵਿਭੇਦ ਘਟ ਭੀਤਰ ਵਿਭੇਦ ਵਿਕਾਰ ਬਾਹਰ ਉਦਕ ਪਖਾਰੀਐ ਘਟ ਭੀਤਰ ਵਿਭਿਦ ਵਿਕਾਰ ਸੁਧ ਕਵਨ ਪਰ ਹੋਏ ਬੋ ਸੁਚ ਕੁੰਚਰ ਬਿਦ ਵਿਵਹਾਰ ਰਵ ਪ੍ਰਗਾਸ ਰਜਨੀ ਜਥਾ ਗਾਤ ਜਾਨਤ ਸਭ ਸੰਸਾਰ ਪਾਰਸ ਮਾਨੋ ਤਾਂਬੋ ਛੋਏ ਕਨਕ ਹੋਤ ਨਹੀਂ ਬਾਰ ਪਾਰਸ ਮਾਨੋ ਤਾਂਬੋ ਛੋਏ ਤਾਂਬੇ ਦਾ ਭਾਵ ਹੈ ਤਾਬੋ ਨਹੀਂ ਕਰਨਾ ਤਾਂਬੋ ਛੋਏ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ ਉਨਮਨ ਮਨ ਮਨ ਹੀ ਮਿਲੇ ਛੁਟਕਤ ਬੱਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਬੇਕਾਰ ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ ਅਨੇਕ ਜਤਨ ਨਿਗ੍ਰਹਿ ਕੀਏ ਟਾਰੀ ਨਾ ਟਰੈ ਭ੍ਰਮ ਫਾਸ ਪ੍ਰੇਮ ਭਗਤ ਨਹੀਂ ਉਪਜੈ ਤਾ ਤੇ ਰਵਦਾਸ ਉਦਾਸ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ ਖਾਲਸਾ ਜੀ ਗੌੜੀ ਰਾਗ ਦੀ ਸੰਪੂਰਨਤਾ ਹੋਈ ਆਸਾ ਰਾਗ ਆਰੰਭ ਹੋ ਰਿਹਾ ਹੈ ਆਰੰਭ ਵਿੱਚ ਵੀ ਬੇਨਤੀ ਕੀਤੀ ਸੀ ਕਿ ਸਤਿਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੋਦਰ ਦਾ ਸ਼ਬਦ ਤਿੰਨ ਵਾਰ ਸੁਭਾਏ ਮਾਨ ਹੈ ਸ੍ਰੀ ਜਪ ਜੀ ਸਾਹਿਬ ਵਿੱਚ ਫਿਰ ਸੋਦਰ ਬਾਣੀ ਹੈ ਸੋਦਰ ਰਹਿਰਾਸ ਜਿਸ ਨੂੰ ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਤੀਸਰੀ ਵਾਰ ਇਹ ਸ਼ਬਦ ਇੱਥੇ ਆਇਆ ਹੈ ਸੋ ਪੁਰਖ ਦਾ ਸ਼ਬਦ ਵੀ ਨਾਲ ਅੱਗੇ ਆ ਰਿਹਾ ਔਰ ਸੋਦਰ ਦੇ ਸ਼ਬਦ ਨਾਲ ਜੋ ਅਗਲੇ ਸ਼ਬਦ ਸੁਣ ਵੱਡਾ ਆਖਿਆ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਅਗਲਾ ਸ਼ਬਦ ਆਖਾ ਜੀਵਾ ਵਿਸਰੈ ਮਰ ਜਾਓ ਆਸਾ ਰਾਗ ਦੇ ਆਰੰਭ ਵਿੱਚ ਹੀ ਇਹ ਚਾਰੇ ਸ਼ਬਦ ਪਹਿਲਾਂ ਆ ਰਹੇ ਨੇ ਉਸ ਤੋਂ ਉਪਰੰਤ ਅੱਗੇ ਹੋਰ ਬਾਣੀ ਪ੍ਰਾਰੰਭ ਹੋ ਰਹੀ ਹੈ ਪਹਿਲਾਂ ਵੀ ਦੱਸਿਆ ਸੀ ਇੱਕ ਵਾਰ ਸੋਦਰ ਦਾ ਸ਼ਬਦ ਸਤਿਗੁਰੂ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਪਰਮਾਤਮਾ ਦੀ ਉਸਤਤ ਕਰਦਿਆਂ ਹੋਇਆਂ ਉਚਾਰਨ ਕੀਤਾ ਜਦੋਂ ਆਪ ਜੀ ਵੇਈ ਨਦੀ ਰਾਹੀਂ ਪ੍ਰਵੇਸ਼ ਹੋ ਵਾਹਿਗੁਰੂ ਕੇ ਹਜ਼ੂਰ ਪਹੁੰਚੇ ਸਨ ਫਿਰ ਆਪ ਜੀ ਨੇ ਜੋ ਸੋਦਰ ਜਪ ਜੀ ਸਾਹਿਬ ਦੇ ਵਿੱਚ ਆਉਂਦਾ ਹੈ ਉਹ ਸੁਮੇਰ ਪਰਬਤ 'ਤੇ ਸਿੱਧਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਪਰਮਾਤਮਾ ਦੀ ਉਸਤਤ ਵਿੱਚ ਉਚਾਰਨ ਕੀਤਾ ਸਤਿਕਾਰਯੋਗ ਭੈਣ ਬੇਬੇ ਨਾਨਕੀ ਜੀ ਦੇ ਪੁੱਛਣ ਤੋਂ ਇਹ ਤੀਸਰਾ ਜੋ ਸੋਦਰ ਦਾ ਇੱਥੇ ਆਸਾ ਰਾਗ ਵਿੱਚ ਸ਼ਬਦ ਹੈ ਇਹ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ ਸੀ ਇਉਂ ਤਿੰਨ ਵਾਰ ਉਚਾਰਿਆ ਤਿੰਨੇ ਵਾਰ ਹੀ ਅੱਖਰਾਂ ਦਾ ਅਤੇ ਲਗਾ ਮਾਤਰਾ ਦਾ ਫਰਕ ਆਉਂਦਾ ਹੈ ਆਪ ਜੀ ਆਪ ਹੀ ਦਰਸ਼ਨ ਕਰ ਲਵੋਗੇ ਪਹਿਲਾਂ ਸਿਰਲੇਖ ਦੇ ਵਿੱਚ ਹੀ ਆ ਗਿਆ ਸੋਦਰ ਰਾਗ ਆਸਾ ਮਹੱਲਾ ਪਹਿਲਾ ਇਉਂ ਆਪਾਂ ਰਹਿਰਾਸ ਸਾਹਿਬ ਦੇ ਆਰੰਭ ਵਿੱਚ ਪੜ੍ਹਦੇ ਹਾਂ ਪਰ ਇੱਥੇ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ ਇਉਂ ਸਿਰਲੇਖ ਆਇਆ ਹੈ ਬਾਕੀ ਸਾਰੇ ਜਿਹੜੇ ਭੇਦ ਅੱਗੇ ਆਉਣੇ ਨੇ
ਉਹ ਆਪ ਜੀ ਦਰਸ਼ਨ ਕਰੋਗੇ। ਕਿਉਂਕਿ ਸ੍ਰੀ ਜਪਜੀ ਸਾਹਿਬ ਵਿੱਚ ਵੀ ਅਤੇ ਰਹਿਰਾਸ ਸਾਹਿਬ ਵਿੱਚ ਵੀ ਸੋਦਰ ਦੇ ਸ਼ਬਦ ਸੰਗਤਾਂ ਨੂੰ ਆਮ ਤੌਰ 'ਤੇ ਕੰਠ ਹਨ। ਜਿਹੜੇ ਇਹ ਚਾਰੇ ਸ਼ਬਦਾਂ ਦੇ ਅੱਗੇ ਪਾਠ ਆ ਰਹੇ ਨੇ, ਜਿਹੜੇ ਜਿਹੜੇ ਭੇਦ ਫਰਕ ਆ ਰਹੇ ਨੇ ਆਪ ਜੀ ਦੇ ਦ੍ਰਿਸ਼ਟੀ ਗੋਚਰੇ ਹੋ ਜਾਣਗੇ। ਫਿਰ ਮੈਂ ਇਹ ਬੇਨਤੀ ਕਰਾਂ ਕਿ ਕਈ ਵਾਰ ਗੁਰਬਾਣੀ ਦੇ ਉਹ ਸ਼ਬਦ ਜਿਹੜੇ ਸਾਨੂੰ ਕੰਠ ਹੁੰਦੇ ਨੇ, ਯਾਦ ਹੁੰਦੇ ਨੇ, ਪਾਠ ਕਰਦਿਆਂ ਜਦੋਂ ਉਹ ਸ਼ਬਦ ਆਉਂਦੇ ਤਾਂ ਕਈ ਵਾਰ ਆਪਾਂ ਅਣਗਹਿਲੀ ਵਰਤ ਜਾਂਦੇ ਹਾਂ ਕਿ ਇਹ ਤਾਂ ਸੌਖਾ ਹੀ ਹੈ, ਇਹ ਸਾਨੂੰ ਯਾਦ ਹੀ ਹੈ, ਅਤੇ ਆਪਾਂ ਉਸ ਨੂੰ ਕਿਸੇ ਹੋਰ ਰੂਪ ਵਿੱਚ ਪੜ੍ਹ ਜਾਂਦੇ ਹਾਂ। ਹੁਣ ਆਪ ਜੀ ਇੱਥੇ ਧਿਆਨ ਨਾਲ ਪਾਠ ਕਰੋਗੇ ਤਾਂ ਤੱਕੋਗੇ ਕਿ ਜੋ ਸਰੂਪ ਇਹਨਾਂ ਸ਼ਬਦਾਂ ਦਾ ਆਪਾਂ ਸੋਦਰ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ ਉਸ ਸਰੂਪ ਨਾਲੋਂ ਇੱਥੇ ਫਰਕ ਹੈ। ਇਉਂ ਜਿਹੜੇ ਸ਼ਬਦ ਕੰਠ ਹੋਣ ਉਹਨਾਂ ਦੇ ਦੁਬਾਰਾ ਸਤਿਗੁਰੂ ਮਹਾਰਾਜ ਦੇ ਸਰੂਪ ਵਿੱਚ ਆਉਣ ਤੋਂ ਪਾਠ ਕਰਨ ਲੱਗਿਆਂ ਬੇਧਿਆਨੀ ਨਹੀਂ ਹੋਣਾ, ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਆਓ ਜੀ ਸਰਵਣ ਕਰੀਏ। ਰਾਗ ਆਸਾ ਵਾਹਿਗੁਰੂ 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 ਜੀ। ਸਾਧ ਸੰਗਤ ਜੀ, ਬੇਨਤੀ ਆ ਕਿ ਹੁਣੇ ਬਾਹਰ ਜਦੋਂ ਆਪਾਂ ਹਾਫ ਟਾਈਮ 'ਤੇ ਗਏ ਸਾਂ ਅਤੇ ਇੱਕ ਸਾਡੇ ਸਤਿਕਾਰਯੋਗ ਬਜ਼ੁਰਗ ਜੀ ਇਹ ਪੁੱਛ ਰਹੇ ਸਨ ਵੀ ਕੀ ਜਿਹੜੀ ਬਾਣੀ ਆਉਂਦੀ ਕੋਈ ਇਤਿਹਾਸ ਹੈ ਇਹਦਾ, ਕੀ ਤੁਸੀਂ ਦੱਸੋਗੇ? ਮੈਂ ਕਿਹਾ ਜੀ ਤੁਸੀਂ ਬੈਠੋਗੇ ਵਿੱਚ ਅਤੇ ਤੁਹਾਨੂੰ ਨਾਲ ਨਾਲ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਰਹੇਗੀ। ਗਿਆਨੀ ਜੀ ਸਾਡੇ ਸਤਿਕਾਰਯੋਗ ਬੁੱਟਰ ਜੀ ਦੱਸ ਰਹੇ ਨੇ ਵੀ ਤਿੰਨ ਵਾਰੀ ਸੋਦਰ ਸ਼ਬਦ ਆਉਂਦਾ, ਉਹਦੇ ਵੱਖ ਵੱਖ ਭੇਦ ਨੇ ਅਤੇ ਵੱਖ ਵੱਖ ਉਥਾਨਕਾ ਹੈ। ਉਥਾਨਕਾ ਦਾ ਭਾਵ ਹੁੰਦਾ ਉਹ ਥਾਂ ਜਿੱਥੇ ਬਾਣੀ ਉਚਾਰੀ ਗਈ ਹੈ। ਅਸੀਂ ਤਿੰਨੇ ਥਾਵਾਂ ਬਾਰੇ, ਤਿੰਨੇ ਸੋਦਰਾਂ ਦੀ ਬਾਣੀ ਦੇ ਉਚਾਰਨ ਦਾ ਮਹੱਤਵ ਕਿੱਥੇ ਕਿੱਥੇ ਉਚਾਰੀ, ਗਿਆਨੀ ਜੀ ਸੰਖੇਪ ਰੂਪ ਵਿੱਚ ਦੱਸ ਰਹੇ ਨੇ। ਕਿਉਂਕਿ ਇਹ ਮੈਂ ਅੱਗੇ ਬੇਨਤੀ ਕੀਤੀ, ਪਾਠ ਬੋਧ ਹੈ, ਅਰਥ ਬੋਧ ਨਹੀਂ ਹੈ। ਜੇ ਕਦੇ ਤੁਸੀਂ ਸੰਪਰਦਾਇ ਗਿਆਨੀਆਂ ਕੋਲੋਂ ਕਥਾ ਵਿਚਾਰ ਸੁਣੋ ਅਤੇ ਤੁਹਾਨੂੰ ਸਾਰੀ ਬਾਣੀ ਦਾ ਹੀ ਦੱਸਣਗੇ ਕਿੱਥੇ ਉਚਾਰਨ ਹੋਇਆ, ਕਿਸ ਪ੍ਰਥਾਏ ਬਾਣੀ ਸੱਚੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਕੋਲ ਬਖਸ਼ ਕੀਤੀ ਭੇਜੀ ਹੈ, ਜਾਂ ਕਰਤਾਰ ਦੀ ਬਾਣੀ ਜਿਵੇਂ ਆਈ ਹੈ। ਸੋ ਇਹ ਤਿੰਨੇ ਸੋਦਰ ਨੇ, ਤਿੰਨਾਂ ਦੀ ਉਥਾਨਕਾ ਵੱਖ ਵੱਖ ਹੈ। ਮੈਂ ਬਜ਼ੁਰਗ ਸ਼ਾਇਦ ਇੱਥੇ ਬੈਠੇ ਹੋਣਗੇ, ਮੈਂ ਉਹਨੂੰ ਬੇਨਤੀ ਕੀਤੀ ਸੀ ਮਹਾਰਾਜ ਜੀ ਤੁਸੀਂ ਬੈਠੋ ਵਿੱਚ ਅਤੇ ਨਾਲ ਨਾਲ ਬੋਧ ਹੋ ਹੀ ਜਾਵੇਗਾ। ਮੈਂ ਬੋਲਣਾ ਤਾਂ ਨਹੀਂ ਸੀ, ਪਰ ਮਜਬੂਰੀ 'ਚ ਕਿ ਹੁਣੇ ਇਹ ਵਾਰਤਾ ਬਾਰ ਹੋਈ 'ਚ ਵੀ ਇਹ ਬਾਣੀ ਜੋ ਤੁਸੀਂ ਪੜ੍ਹਾਉਂਦੇ ਹੋ ਇਹਦੇ ਬਾਰੇ ਕੋਈ ਗਿਆਨ ਵੀ ਸਾਨੂੰ ਪ੍ਰਾਪਤ ਹੋਏਗਾ, ਕਿੱਥੇ ਉਚਾਰੀ, ਕਿਹਦੇ ਪ੍ਰਥਾਏ ਉਚਾਰੀ। ਸੋ ਇਹ ਤਿੰਨ ਤਿੰਨੇ ਉਥਾਨਕਾਂ ਨੇ, ਤਿੰਨੇ ਸੋਦਰ ਨੇ, ਤਿੰਨੇ ਵੱਖ ਵੱਖ ਉਥਾਨਕਾਂ ਨੇ ਬਾਣੀ ਦੀਆਂ। ਸੋ ਇਹ ਜੇ ਆਪਾਂ ਜੋ ਸੰਪਰਦਾਇ ਵਿਦਵਾਨ ਨੇ ਉਹਨਾਂ ਦੀ ਸੰਗਤ ਕਰਾਂਗੇ, ਉਹਨਾਂ ਕੋਲੋਂ ਸਾਰਾ ਬੋਧ ਪ੍ਰਾਪਤ ਹੋਵੇਗਾ। ਸੋ ਜੋ ਟੀਕੇ ਸੰਪਰਦਾਇ ਛਪੇ ਨੇ ਨਾ, ਮੈਂ ਬੇਨਤੀ ਕਰਾਂ ਕਿ ਟੀਕੇ ਕਈ ਪ੍ਰਕਾਰ ਦੇ ਛਪੇ ਨੇ। ਸਭ ਤੋਂ ਪੁਰਾਤਨ ਸਟੀਕ ਜੋ ਫਰੀਦਕੋਟ ਵਾਲਾ ਟੀਕਾ ਮੰਨਿਆ ਗਿਆ ਹੈ, ਉਸ ਤੋਂ ਬਾਅਦ ਜੋ ਗਿਆਨੀ ਪੁਰਸ਼ਾਂ ਸੰਪਰਦਾਇ ਸਟੀਕ ਹੈ, ਅੰਮ੍ਰਿਤਸਰ ਸਾਹਿਬ ਮਹਾਂਪੁਰਸ਼ ਭਾਈ ਮਨੀ ਸਿੰਘ ਵਾਲੀ ਜੋ ਟਕਸਾਲ ਹੈ ਉਹਨਾਂ ਵੱਲੋਂ ਸਟੀਕ ਹੋਇਆ, ਉਹਨੂੰ ਅਸੀਂ ਕਹਿੰਦੇ ਸੱਤੋ ਵਾਲੀ ਗਲੀ ਵਾਲਾ ਸਟੀਕ। ਉਹ ਮਹਾਂਪੁਰਸ਼ਾਂ ਦਾ ਡੇਰਾ ਸੱਤੋ ਵਾਲੀ ਗਲੀ 'ਚ ਹੈ। ਅਮੀਰ ਉਹ ਸਾਰਾ ਅਮੀਰ ਭੰਡਾਰ ਉਸਕਾ ਨਾਮ ਹੈ, ਗਿਆਨੀ ਜੀ ਦੱਸਦੇ ਨੇ। ਉਸ ਗ੍ਰੰਥ ਦਾ ਨਾਂ ਹੀ ਦਸਾਂ ਪੋਥੀਆਂ ਵਿੱਚ ਹੈ, ਸਾਰੇ ਸਟੀਕ ਦਾ ਨਾਂ ਅਮੀਰ ਭੰਡਾਰ ਹੈ। ਉਹ ਸਾਰਾ ਉਥਾਨਖਾ ਸਾਖੀਆਂ ਸਹਿਤ ਸਟੀਕ ਦੇ ਵਿੱਚ ਦੱਸਿਆ ਹੋਇਆ ਕਿਹੜੀ ਬਾਣੀ ਕਿੱਥੇ ਉਚਾਰੀ, ਸ੍ਰੀ ਜਪਜੀ ਸਾਹਿਬ ਕਿੱਥੇ ਉਚਾਰਨ ਕੀਤਾ। ਪਹਿਲੇ ਦਿਨ ਗਿਆਨੀ ਜੀ ਹੋਰਾਂ ਨੇ ਦੱਸਿਆ ਵੀ ਸੀ
ਸੋ ਜਿਨ੍ਹਾਂ ਜਿਹੜੇ ਆਏ ਨੇ ਲਾਹਾ ਲੈ ਰਹੇ ਨੇ ਧੰਨਵਾਦ, ਅਤੇ ਜਿਹੜੇ ਨਹੀਂ ਭਾਈ ਬਾਹਰ ਹੋਰ ਵੀ ਲਾਹਾ ਲੈਣ। ਤਾਂ ਕਰਕੇ ਨਾਲ ਨਾਲ ਹੈ ਸੰਖੇਪ ਹੀ, ਇਹ ਪਹਿਲਾਂ ਬੇਨਤੀ ਕੀਤੀ, ਪਾਠ ਬੋਧ ਹੈ, ਪਾਠਾਂ ਦੇ ਬਾਰੇ ਜਾਣਕਾਰੀ ਆਪਾਂ ਨੂੰ ਕੁਛ ਪ੍ਰਾਪਤ ਹੋਣੀ ਆ, ਅਰਥਬੋਧ ਬਾਰੇ ਪ੍ਰਾਪਤ ਜਾਣਕਾਰੀ ਕਰਨੀ ਆ, ਤਾਂ ਫਿਰ ਸੰਪਰਦਾਇਕ ਗਿਆਨੀਆਂ ਨੂੰ ਆਪਾਂ ਬੇਨਤੀ ਕਰੀਏ ਕੁਛ ਸਮਾਂ ਆਪਣੇ ਕੋਲ ਲੈ ਕੇ ਕਥਾ ਵੀ ਸੁਣਾਉਣ। ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਜੇਕਰ ਸੰਪਰਦਾਇਕ ਗਿਆਨੀ ਕਰੇ ਤਾਂ ਸਾਰਾ ਬੋਧ ਹੋ ਜਾਵੇਗਾ। ਹੁਣ ਵੀ ਕਿਉਂ ਜੀ, ਉਹ ਸਾਡੇ ਗਿਆਨੀ ਜੀ, ਗਿਆਨੀ ਵੀਰ ਸਿੰਘ ਜੀ ਮਹਾਂਪੁਰਸ਼, ਵੱਡੇ ਮਹਾਂਪੁਰਸ਼ਾਂ ਤੋਂ ਵਰਸਾਏ ਸਨ, ਉਹ ਆਮ ਜੀ ਗੱਲ ਕਹਿੰਦੇ ਨੇ, ਅਸੀਂ ਉਹਨਾਂ ਦਾ ਹਾਸਾ ਬਣਾ ਲਏ, ਕਹਿੰਦੇ ਜੋ ਜੀ ਨੰਦੋ ਬਾਹਣੀਓ ਜਾਂ ਕੁੱਦੂ ਜੇਠ, ਜੋ ਜੇ ਸੁਰਤੇ ਹੋ ਜੇ ਭਗਤੇ ਹੋਏ ਨੇ। ਮੈਂ ਬੇਨਤੀ ਕਰਾਂ ਵੀ ਧਿਆਨ ਦਿਆ ਕਰੋ, ਸੰਪਰਦਾਵੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦੀ ਸੰਗਤ ਕਰੇ, ਉਹਨਾਂ ਦੀ ਕਥਾ ਵਾਰਤਾ ਸੁਣੇ, ਸੰਪਰਦਾਏ ਸਟੀਕ ਪੜ੍ਹਿਆ ਕਰੋ। ਕੋਈ ਮੈਨੂੰ ਪੁੱਛਦਾ ਨਾ ਕਿਹੜਾ ਸਟੀਕ ਪੜ੍ਹੀਏ, ਮੈਂ ਕਿਹਾ ਮੀਰ ਭੰਡਾਰ ਪੜ੍ਹੋ, ਉਹਦੇ ਸਾਰਾ ਹੀ ਦੱਸਿਆ ਹੋਇਆ ਖੋਲ੍ਹ ਕੇ। ਸੋ ਮੈਂ ਬੇਨਤੀ ਕਰਾਂ, ਬਜ਼ੁਰਗ ਇੱਥੇ ਹੋਣਗੇ ਅਤੇ ਇੱਕ ਵਾਰੀ ਮੈਨੂੰ ਫੇਰ ਵੀ ਦਰਸ਼ਨ ਦੇਣ ਬਾਅਦ ਆਪਾਂ ਜੋ ਸਮਾਪਤੀ 'ਤੇ। ਖਾਲਸਾ ਜੀ, ਬਹੁਤ ਜ਼ਰੂਰੀ ਬਚਨ ਮਹਾਂਪੁਰਖਾਂ ਨੇ ਕੀਤਾ ਹੈ ਅੱਜ ਕੱਲ੍ਹ। ਸੋ ਕਿਸੇ ਦੀ ਨਿਖੇਧੀ ਤਾਂ ਨਹੀਂ, ਕਿਸੇ ਪ੍ਰਤੀ ਕੋਈ ਮੰਦਾ ਭਾਵ ਤਾਂ ਨਹੀਂ, ਅਤੇ ਨਾ ਹੀ ਕੋਈ ਆਪਣੇ ਆਪ ਨੂੰ ਬਹੁਤਾ ਜਣਾਉਣ ਵਾਲੀ ਗੱਲ ਹੈ। ਜੋ ਕਥਾ ਅੱਜ ਕੱਲ੍ਹ ਹੋ ਰਹੀ ਹੈ ਇਹਦੇ ਵਿੱਚ ਬਹੁਤਾ ਰੁਝਾਨ ਇਹ ਚੱਲ ਗਿਆ ਕਿ ਆਪਣੀ ਵਿਦਵਤਾ ਨੂੰ ਬਹੁਤਾ ਮੁੱਖ ਰੱਖਣਾ ਅਤੇ ਗੁਰ ਸ਼ਬਦ ਦੇ ਅਰਥਾਂ ਨੂੰ ਪਿੱਛੇ ਰੱਖਣਾ। ਜੇ ਕਥਾ ਦਾ ਇੱਕ ਘੰਟਾ ਟਾਈਮ ਹੈ ਤਾਂ ਪਹਿਲਾਂ 50 ਮਿੰਟ ਆਪਣੀ ਵਿਦਵਤਾ ਘੋਟ ਕੇ ਅਤੇ 10 ਮਿੰਟਾਂ ਵਿੱਚ ਪੰਗਤੀਆਂ ਦੇ ਅਰਥ ਕਰ ਜਾਣੇ, ਇਹ ਕਥਾ ਨਹੀਂ। ਔਰ ਅੱਜ ਕੱਲ੍ਹ ਕਥਾ ਦੇ ਵਿੱਚੋਂ ਇਹ ਉਥਾਨ ਕਾਹਨੂੰ ਪਾਸੇ ਕਰ ਦਿੱਤਾ ਗਿਆ, ਜਿਵੇਂ ਮਹਾਂਪੁਰਖਾਂ ਨੇ ਦੱਸਿਆ ਹੈ, ਉਥਾਨਕਾ ਕਹਿੰਦੇ ਨੇ ਸ਼ਬਦ ਦੇ ਉਤਪਤੀ ਦੇ ਕਾਰਨ ਨੂੰ ਅਤੇ ਥਾਂ ਨੂੰ, ਕਿਉਂ ਸ਼ਬਦ ਉਚਾਰਿਆ, ਕਿੱਥੇ ਉਚਾਰਿਆ, ਕਿਸ ਕਾਰਨ ਨੂੰ ਲੈ ਕੇ ਉਚਾਰਿਆ, ਇਸ ਨੂੰ ਉਥਾਨਕਾ ਕਿਹਾ ਜਾਂਦਾ ਹੈ। ਅਤੇ ਪ੍ਰਾਪਤਨ ਮਹਾਂਪੁਰਖਾਂ ਦੇ ਕਥਾ ਦੇ ਵਿੱਚੋਂ ਇਹ ਉਥਾਨਕਾ ਸਾਨੂੰ ਮਿਲਦੀ ਹੈ। ਜੋ ਵਿਆਕਰਣ ਮੁਤਾਬਕ ਟੀਕੇ ਲਿਖੇ ਗਏ ਉਹਨਾਂ ਵਿੱਚੋਂ ਉਥਾਨਕਾ ਗੁਪਤ ਕਰ ਦਿੱਤੀ ਗਈ, ਅਲੋਪ ਹੀ ਕਰ ਦਿੱਤੀ ਗਈ, ਅਤੇ ਜਿੰਨਾ ਚਿਰ ਉਥਾਨਕਾ ਨਾ ਪੜ੍ਹੀਏ ਉਨ੍ਹਾਂ ਚਿਰ ਸ਼ਬਦ ਦੇ ਅਸਲੀ ਭਾਵ ਦਾ ਪਤਾ ਨਹੀਂ ਲੱਗ ਸਕਦਾ। ਸਮਾਂ ਤਾਂ ਥੋੜ੍ਹਾ ਜਿਹਾ ਲੱਗ ਰਿਹਾ, ਮੈਂ ਬੇਨਤੀ ਕਰਾਂ। ਸ਼ਬਦ ਆਉਂਦਾ ਹੈ ਏਕ ਪਿਤਾ ਏਕ ਸਕੇਹਮ ਬਾਰਿਕ, ਤੂੰ ਮੇਰਾ ਗੁਰਹਾਈ, ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਹੁਣ ਇਹਦੇ ਆਪਾਂ ਸਿੱਧੇ ਤੌਰ 'ਤੇ ਹੀ ਅਰਥ ਸੁਣ ਲੈਂਦੇ ਹਾਂ, ਕਰ ਲੈਂਦੇ ਹਾਂ ਕਿ ਇੱਕ ਸਾਡਾ ਪਿਤਾ ਹੈ ਅਤੇ ਇੱਕ ਦੇ ਅਸੀਂ ਬਾਲਕ ਹਾਂ। ਹੁਣ ਇਹ ਗੱਲ ਤਾਂ ਪਹਿਲਾਂ ਇਹ ਹੋਈ ਕਿ ਇੱਕ ਦੇ ਅਸੀਂ ਬਾਲਕ ਅਤੇ ਇੱਕ ਸਾਡਾ ਪਿਤਾ, ਅਤੇ ਅਚਾਨਕ ਅੱਗੇ ਸੰਬੋਧਨ ਆ ਗਿਆ ਕਿ ਤੂੰ ਮੇਰਾ ਗੁਰਹਾਈ, ਤੂੰ ਮੇਰਾ ਗੁਰੂ ਹੈ। ਉਹ ਇੱਕ ਪਿਤਾ ਅਤੇ ਇੱਕ ਦਾ ਬਾਲਕ ਕੌਣ ਕਿਸ ਨੂੰ ਕਹਿ ਰਿਹਾ, ਅਤੇ ਤੂੰ ਮੇਰਾ ਗੁਰਹਾਈ, ਤੂੰ ਮੇਰਾ ਗੁਰੂ ਹੈ, ਇਹ ਕੌਣ ਕਿਸ ਨੂੰ ਕਹਿ ਰਿਹਾ, ਇਹ ਇਉਂ ਸਪਸ਼ਟ ਨਹੀਂ ਹੁੰਦਾ। ਇਹਦੇ ਪ੍ਰਤੀ ਉਥਾਨਕਾ ਪੜ੍ਹਨੀ ਪਵੇਗੀ, ਇਹ ਸ਼ਬਦ ਕਦੋਂ ਉਚਾਰਨ ਕੀਤਾ, ਕਿਉਂ ਉਚਾਰਨ ਕੀਤਾ, ਇਹ ਉਥਾਨਕਾ ਤੋਂ ਪਤਾ ਲੱਗੇਗਾ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਦ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਹੋਈ, ਪ੍ਰਿਥੀ ਚੰਦ ਨੇ ਵਿਰੋਧ ਕੀਤਾ, ਉਹ ਤਾਂ ਸਾਰੀ ਉਮਰ ਹੀ ਟੇਢਾ ਰਿਹਾ, ਅਤੇ ਪ੍ਰਿਥੀ ਚੰਦ ਤੋਂ ਉਮਰ ਵਿੱਚ ਛੋਟਾ ਅਤੇ ਸਤਿਗੁਰੂ ਅਰਜਨ ਦੇਵ ਜੀ ਤੋਂ ਵੱਡੇ ਭਰਾਤਾ ਬਾਬਾ ਮਹਾਂਦੇਵ ਜੀ, ਕੁਝ ਸਮਾਂ ਉਹਨਾਂ ਦੇ ਮਨ ਵਿੱਚ ਵੀ ਦੁਆਸ਼ ਪਈ ਰਹੀ। ਪ੍ਰਿਥੀ ਚੰਦ ਤਾਂ ਸਾਰੀ ਉਮਰ ਨਹੀਂ ਸਮਝਿਆ, ਪਰ ਬਾਬਾ ਮਹਾਂਦੇਵ ਜੀ ਸਮਝ ਗਏ, ਉਹਨਾਂ ਨੇ ਅਹਿਸਾਸ ਕਰ ਲਿਆ
ਕਿ ਜੋ ਸਾਡੇ ਸਤਿਗੁਰੂ ਰਾਮਦਾਸ ਸਾਹਿਬ ਸਾਡੇ ਪਿਤਾ ਜੀ ਬਚਨ ਕਰ ਗਏ ਨੇ ਉਹੀ ਸੱਚ ਹੈ। ਵਾਕਿਆ ਇਸ ਪਦਵੀ ਦੇ ਮਾਲਕ ਮੇਰੇ ਉਮਰ ਵਿੱਚ ਛੋਟੇ ਭਰਾ ਸਤਿਗੁਰੂ ਅਰਜਨ ਦੇਵ ਜੀ ਹੀ ਲਾਇਕ ਸਨ। ਤਦੋਂ ਆਪਣੇ ਉਹ ਵੱਡੇ ਭਰਾ ਹੋਣ ਦਾ ਮਾਣ ਛੱਡ ਕੇ ਸਤਿਗੁਰੂ ਅਰਜਨ ਦੇਵ ਜੀ ਕੋਲ ਆਏ, ਜੋ ਬੇਨਤੀ ਉਹਨਾਂ ਨੇ ਕੀਤੀ ਅਤੇ ਜੋ ਜਵਾਬ ਸਤਿਗੁਰੂ ਅਰਜਨ ਦੇਵ ਜੀ ਨੇ ਦਿੱਤਾ ਉਹ ਇਸ ਸ਼ਬਦ ਦੇ ਵਿੱਚ ਸੁਭਾਏਮਾਨ ਹੈ। ਇਹ ਬਾਬਾ ਮਹਾਂਦੇਵ ਜੀ ਦੀ ਬੇਨਤੀ ਹੈ ਕਿ ਹੇ ਸਤਿਗੁਰੂ ਅਰਜਨ ਦੇਵ ਜੀ, ਏਕ ਪਿਤਾ ਏਕ ਸਕੇ ਹਮ ਬਾਰਕ, ਸਾਡਾ ਇੱਕ ਪਿਤਾ ਹੈ ਸਤਿਗੁਰੂ ਰਾਮਦਾਸ ਸਾਹਿਬ, ਇੱਕ ਮਾਤਾ ਪਿਤਾ ਦੇ ਅਸੀਂ ਬਾਲਕ ਹਾਂ, ਇਉਂ ਰਿਸ਼ਤੇਦਾਰੀ ਵਿੱਚ ਤਾਂ ਭਾਵੇਂ ਭਰਾ ਹਾਂ ਪਰ ਹੁਣ ਮੈਂ ਭਰਾ ਵਾਲਾ ਸੰਬੰਧ ਰੱਖ ਕੇ ਨਹੀਂ ਆਇਆ, ਤੂੰ ਮੇਰਾ ਗੁਰ ਹਾਈ, ਤੂੰ ਮੇਰਾ ਗੁਰੂ ਹੈ, ਮੈਂ ਤੈਨੂੰ ਗੁਰੂ ਮੰਨ ਕੇ ਤੇਰੀ ਸ਼ਰਨ ਵਿੱਚ ਆਇਆ ਹਾਂ। ਅਰਥ ਸਪਸ਼ਟ ਹੋ ਗਿਆ ਨਾ, ਇਉਂ ਉਥਾਨਕਾ ਅਰਥ ਸਪਸ਼ਟ ਕਰਦੀ ਹੈ। ਇਸ ਲਈ ਸ਼ਬਦਾਂ ਦੀ ਉਥਾਨਕਾ ਅਤਿਅੰਤ ਜ਼ਰੂਰੀ ਹੈ ਔਰ ਇਹਨਾਂ ਸ਼ਬਦਾਂ ਦੀ ਉਥਾਨਕਾ ਨੂੰ ਜਾਣਨ ਵਾਸਤੇ ਜਿਵੇਂ ਮਹਾਂਪੁਰਖਾਂ ਨੇ ਦੱਸਿਆ ਫਰੀਦਕੋਟੀ ਟੀਕੇ ਵਿੱਚ ਸੰਖੇਪ ਵਿੱਚ ਉਥਾਨਕਾ ਲਿਖੀਆਂ ਨੇ, ਅਮੀਰ ਭੰਡਾਰ ਦੇ ਵਿੱਚ ਵਿਸਥਾਰ ਸਮੇਤ ਵੀ ਲਿਖੀਆਂ ਹਨ, ਨਿਰਮਲ ਸੰਪਰਦਾ ਦੇ ਵੱਲੋਂ ਪ੍ਰਮੁੱਖ ਤੌਰ 'ਤੇ ਵਿਸ਼ੇਸ਼ ਤੌਰ 'ਤੇ ਗ੍ਰੰਥ ਲਿਖਿਆ ਗਿਆ ਹੈ ਉਥਾਨਕਾ ਸ੍ਰੀ ਗੁਰੂ ਗ੍ਰੰਥ ਸਾਹਿਬ, ਅਤੇ ਅਨੇਕਾਂ ਸ਼ਬਦਾਂ ਦੀਆਂ ਉਥਾਨਕਾ ਉਸ ਦੇ ਵਿੱਚ ਵੀ ਦਿੱਤੀਆਂ ਹੋਈਆਂ ਨੇ। ਇਉਂ ਸ਼ਬਦਾਂ ਦੇ ਨਾਲ ਇਤਿਹਾਸ ਜੁੜਦਾ। ਸਭ ਤੋਂ ਵੱਧ ਬਾਣੀ ਪੰਚਮ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਅਤੇ ਪੰਜਵੇਂ ਪਾਤਸ਼ਾਹ ਜੀ ਦੇ ਸ਼ਬਦ ਜ਼ਿਆਦਾਤਰ ਐਸੇ ਨੇ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਆਪਣੇ ਨਿੱਜੀ ਜੀਵਨ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨਾਲ ਸੰਬੰਧ ਰੱਖਦੇ ਨੇ। ਉਚਾਰਨ ਤਾਂ ਕੀਤੇ ਕਿ ਗੁਰ ਸਿੱਖ ਸੇਧ ਲੈ ਸਕਣ ਕਿ ਜਦੋਂ ਸਾਡੇ ਜੀਵਨ ਅੰਦਰ ਐਸਾ ਕੋਈ ਸਮਾਂ ਆ ਜਾਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ, ਤਾਂ ਸਤਿਗੁਰਾਂ ਨੇ ਉਹ ਉਚਾਰਨ ਕੀਤੇ। ਉਥਾਨਕਾ ਕਥਾ ਦੀ ਆਰੰਭਤਾ ਵਿੱਚ ਅਤਿਅੰਤ ਜ਼ਰੂਰੀ ਹੈ, ਲਾਜ਼ਮੀ ਹੈ। ਸ਼ਬਦਾਂ ਦੀ ਉਥਾਨਕਾ ਹੈ, ਕੋਈ ਕਾਰਨ ਹੈ, ਜਿਵੇਂ ਮਹਾਰਾਜ ਸੱਜਣ ਠੱਗ ਦੀ ਸੁੱਤੀ ਬਿਰਤੀ ਨੂੰ ਉਠਾਉਂਦਿਆਂ ਹੋਇਆਂ ਸ਼ਬਦ ਉਚਾਰਨ ਕਰਦੇ ਨੇ, ਉੱਜਲ ਕਹਿਹਾ ਚਲਕਣਾ ਘੋਟਮ ਕਾਲੜੀ ਮਸ, ਅਨੇਕਾਂ ਸ਼ਬਦ ਐਸੇ ਨੇ ਗੁਰਬਾਣੀ ਵਿੱਚ ਜਿਹੜੇ ਇਤਿਹਾਸਕ ਤੌਰ 'ਤੇ ਪਿਛੋਕੜ ਰੱਖਦੇ ਨੇ, ਇਹ ਉਥਾਨਕਾ ਕਹੀ ਜਾਂਦੀ ਹੈ। ਇਸ ਦੀ ਕਥਾ ਵਿੱਚ ਅਤਿਅੰਤ ਜ਼ਰੂਰਤ ਹੈ, ਆਪਾਂ ਇਸ ਪੱਖ ਨੂੰ ਵਿਸਾਰ ਕੇ ਬੜਾ ਘਾਟਾ ਖਾਧਾ ਹੈ। ਜਦੋਂ ਆਪਾਂ ਗੁਰ ਇਤਿਹਾਸ ਪੜ੍ਹਦੇ ਹਾਂ, ਸ੍ਰੀ ਨਾਨਕ ਪ੍ਰਕਾਸ਼ ਪੜ੍ਹੀਏ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹੀਏ, ਇਤਿਹਾਸ ਵਿੱਚ ਥਾਂ ਥਾਂ 'ਤੇ ਭਾਈ ਸੰਤੋਖ ਸਿੰਘ ਜੀ ਨੇ ਇਹ ਸਾਰੀ ਜਿਹੜੀ ਵਾਰਤਾ ਹੈ ਦਿੱਤੀ ਹੈ ਕਿ ਕੀ ਕਾਰਨ ਵਾਪਰਿਆ, ਕੀ ਸਾਖੀ ਵਾਪਰੀ, ਕੀ ਵਾਰਤਾ, ਕੀ ਇਤਿਹਾਸ ਵਾਪਰਿਆ ਅਤੇ ਉੱਥੇ ਸਤਿਗੁਰਾਂ ਨੇ ਕੀ ਉਪਦੇਸ਼ ਦਿੱਤਾ। ਇਹ ਸਾਨੂੰ ਇਤਿਹਾਸ ਵਿੱਚੋਂ ਵੀ ਜਾਣਕਾਰੀ ਸੋਝੀ ਪ੍ਰਾਪਤ ਹੁੰਦੀ ਹੈ। ਆਪਣੇ ਇਸ ਵਿਰਸੇ ਨੂੰ, ਇਸ ਕੀਮਤੀ ਵਿਰਸੇ ਨੂੰ ਸੰਭਾਲੀਏ। ਆਓ ਅੰਮ੍ਰਿਤ ਰੂਪ ਬਾਣੀ ਦੇ ਪਾਠ ਨਾਲ ਜੁੜੀਏ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਰਾਜਾ ਧਰਮ ਪਾਠ ਇਕੱਠਾ ਆਵੇਗਾ। ਧਰਮ ਰਾਜੇ ਦਾ ਵਾਚਕ ਹੈ, ਧਰਮ ਰਾਜਾ ਵੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ।
ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੇ। ਗਾਵਨ ਤੁਧਨੋ ਇੰਦ੍ਰ ਇੰਦਰਾਸਨ ਬੈਠੇ ਦੇਵਤਿਆ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਬੀਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜੇ ਰਖੀ ਸੁਰ ਜੁਗ ਜੁਗ ਬੇਦਾ ਨਾਲੇ। ਗਾਵਨ ਤੁਧਨੋ ਪੰਡਿਤ ਪੜੇ ਰਖੀ ਸੁਰ, ਪਿੱਛੇ ਪਾਠ ਪੜਨ ਰਖੀ ਸੁਰ ਪੜਹਿ ਰਖੀ ਸੁਰ ਆਇਆ, ਇੱਥੇ ਪੜੇ ਰਖੀ ਸੁਰ। ਤੁਧਨੋ ਧੱਦੇ 'ਤੇ ਥੋੜ੍ਹਾ ਜਿਹਾ ਜ਼ੋਰ ਦੇ ਕੇ ਬੋਲਣਾ ਤੁਧਨੋ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ ਜੇਤੇ ਅੱਠ ਸੱਠ ਤੀਰਥ ਨਾਲੇ। ਹਾਂਜੀ, ਗਾਵਨ ਤੁਧਨੋ ਰਤਨ ਉਪਾਏ ਤੇਰੇ ਜੇਤੇ, ਇਹ ਜੇਤੇ ਪਦ ਇੱਥੇ ਵੱਧ ਆਇਆ ਹੈ, ਪਹਿਲੇ ਦੋਹਾਂ ਸੋਦਰ ਦੇ ਸ਼ਬਦਾਂ ਵਿੱਚ ਨਹੀਂ, ਇੱਥੇ ਇਹ ਮੌਜੂਦ ਹੈ। ਗਾਵਨ ਤੁਧਨੋ ਜੋਧ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ। ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ। ਇੱਥੇ ਕਾਰ ਕਾਰ ਅੱਖਰ ਨਹੀਂ ਆਏ, ਰੰਗੀ ਰੰਗੀ ਭਾਤੀ ਕਾਰ ਕਾਰ ਜਿਨਸੀ ਸੋਦਰ ਵਿੱਚ ਵੀ ਅਤੇ ਜਪਜੀ ਸਾਹਿਬ ਵਿੱਚ ਵੀ ਆਪਾਂ ਪੜ੍ਹਦੇ ਹਾਂ। ਇੱਥੇ ਕਾਰ ਕਾਰ ਅੱਖਰ ਨਹੀਂ ਆਇਆ, ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ। ਜਿਉ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ। ਹੇਠਾਂ ਆਪ ਜੀ ਲਕੀਰ ਲੱਗੀ ਵੇਖਦੇ ਹੋ, ਇਹ ਅਰਧਹਾਹੇ ਦਾ ਵਾਚਕ ਹੈ। ਇਸੇ ਤਰ੍ਹਾਂ ਗਾਵਨ ਦੇ ਨਾਲ ਵੀ ਇਹ ਆਪਾਂ ਭਾਰਾ ਲੱਗਾ ਵੇਖ ਰਹੇ ਹਾਂ। ਕਰ ਕਰ ਦੇਖਿਆ ਕੀਤਾ ਆਪਣਾ, ਇੱਥੇ ਕੰਨੇ ਤੋਂ ਰਹਿਤ ਐੜਾ ਹੈ, ਪਿੱਛੇ ਇਹ ਆਪਣਾ ਸੀ। ਕਰ ਕਰ ਦੇਖਿਆ ਕੀਤਾ ਆਪਣਾ, ਇੱਥੇ ਆਪਣਾ ਕੰਨੇ ਤੋਂ ਰਹਿਤ ਹੈ ਐੜਾ, ਇਹ ਭੇਦ ਮੁੱਖ ਤੌਰ 'ਤੇ ਇੱਥੇ ਆਏ ਹਨ ਜੀ।